उसे सुन रहे हो चावला न्यूज नेटवर्क टोरंटो, CNN टोरंटो। तो जाल साहब, अ वेरी गुड आफ्टरनून, सत श्री अकाल। सत श्री अकाल जी, अर्श बहुत बहुत धन्यवाद सारे श्रोतियां दर्शकों ਨੂੰ ਜੀ ਆਇਆਂ ਨੂੰ ਜੀ। ਕੀ ਹਾਲ ਚਾਲ ਬਾਬਿਓ? ਆ ਨਹੀਂ ਪਰਫੈਕਟ। ਦੇਖੋ ਕਿ ਹੁਣ ਜੇ ਆਪਾਂ ਦੁਨੀਆ ਦਾ ਨਕਸ਼ਾ ਚੁੱਕ ਕੇ ਅਰਸ਼ ਦੇਖੀਏ ਨਾ, ਜਦੋਂ ਆਪਾਂ ਨਕਸ਼ਾ ਚੁੱਕ ਕੇ ਦੇਖਦੇ ਹਾਂ ਫਿਰ ਆਪਾਂ ਨੂੰ ਇਹ ਜਿਹੜੀ ਧਰਤੀ ਆ ਸਾਰੀ ਇਹ ਕੁਝ ਟੁਕੜਿਆਂ ਚ ਵੰਡੀ ਨਜ਼ਰ ਆਉਂਦੀ ਆ, ਤੇ ਉਹ ਟੁਕੜੇ ਆ ਨਾ ਜਿਹੜੇ ਲਗਭਗ 200 ਆ ਜੀ। ਹੁਣ ਪਿਛਲੇ ਵੈਸੇ ਲੰਬੇ ਸਮੇਂ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਤਾਂ ਐਸੇ ਵੀ ਹੋ ਸਕਦੇ ਆ ਵੀ ਜਿਨ੍ਹਾਂ ਨੇ ਜਦੋਂ ਦੀ ਹੋਸ਼ ਸੰਭਾਲੀ ਆ ਉਹਨਾਂ ਨੇ ਉਸ ਨਕਸ਼ੇ ਦੇ ਵਿੱਚ ਜਾਣੀ ਨੰਬਰ 1 ਮੁਲਕ ਜਿਹੜਾ ਸਦਾ ਕੈਨੇਡਾ ਹੀ ਸੁਣਿਆ ਹੋਊਗਾ ਵੀ ਇੱਕ ਨੰਬਰ ਥੱਲੇ ਚੱਲ ਗਿਆ, ਤੀਜੇ ਤੇ ਚੱਲ ਗਿਆ, ਪਹਿਲੇ ਤੇ ਆ ਗਿਆ। ਹੁਣ 2021 ਦੇ ਵਿੱਚ ਫੇਰ ਇਹ ਜੀ ਵੀ ਪਹਿਲੇ ਨੰਬਰ ਤੇ ਟੌਪ ਦਾ ਮੁਲਕ ਆ। ਉਸ ਲਿਹਾਜ਼ ਨਾਲ ਆਪਾਂ ਟੌਪ ਦੇ ਮੁਲਕ ਦੇ ਵਿੱਚ ਜਾਣੀ ਵਧੀਆ ਤਰੀਕੇ ਦੇ ਨਾਲ ਜਿਹੜਾ ਦਿਨ ਅੱਜ ਸ਼ੁਰੂ ਹੋਇਆ ਤੇ ਹੁਣ ਆਫਟਰਨੂਨ ਦੇ ਵਿੱਚੋਂ ਚੱਲ ਰਹੇ ਆ, ਸੰਡੇ ਆ, ਆਪ ਆਪਣੇ ਤਰੀਕੇ ਦੇ ਨਾਲ ਭਾਵੇਂ ਦੇਖੋ ਹੈ ਤਾਂ ਸਟੇ ਐਟ ਹੋਮ ਆਰਡਰ ਹੈ ਨਾ ਜੀ, ਲੇਕਿਨ ਕਿ ਜਿਸ ਤਰ੍ਹਾਂ ਦਾ ਵੀ ਸਮਾਂ ਅਕਾਲ ਪੁਰਖ ਪਰਮਾਤਮਾ ਵੱਲੋਂ ਪ੍ਰਾਪਤ ਹੋਇਆ ਹੋਵੇ ਆਪਾਂ ਉਹਨੂੰ ਮੈਨੇਜ ਕਰ ਸਕਦੇ ਹਾਂ। ਸੋ ਆਲੇ ਦੁਆਲੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਜੀ ਜੀਵਨ ਬੈਸਟ ਵੇ ਦੇ ਨਾਲ ਜਿਹੜਾ ਆਪਾਂ ਅੱਗੇ ਚਲਾ ਸਕਦੇ ਹਾਂ। ਸੋ ਉਸ ਲਿਹਾਜ਼ ਨਾਲ ਅਸੀਂ ਬੜੇ ਸ਼ੁਕਰਗੁਜ਼ਾਰ ਹੋਈਏ ਕਿ ਅਕਾਲ ਪੁਰਖ ਪਰਮਾਤਮਾ ਜਦੋਂ ਦੁਨੀਆ ਦੇ ਵਿੱਚ ਇਹ ਮੌਤ ਦਾ ਤੰਡ ਵਿਚਾਰੀ ਆ ਤੇ ਸਾਨੂੰ ਅਕਾਲ ਪੁਰਖ ਪਰਮਾਤਮਾ ਨੇ ਬਲੈਸਿੰਗਸ ਦੇ ਨਾਲ ਇਸ ਦੁਨੀਆ ਦੇ ਨੰਬਰ 1 ਇੱਕ ਮੁਲਕ ਦੇ ਵਿੱਚ ਜਿਹੜਾ ਜੀ ਪਿਓ ਮੌਕਾ ਦਿੱਤਾ ਤਾਂ ਕਿ ਸਾਡੀਆਂ ਜਾਨਾਂ ਜਿਹੜੀਆਂ ਸੇਫਰ ਦੈਨ ਅਦਰ ਕਮਿਊਨਿਟੀਜ਼ ਹੈਗੀਆਂ ਜੀ। ਜੋਲ ਸਾਹਿਬ, ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਸੁਣਦੇ ਨੇ ਤੁਹਾਡੇ ਜਿਹੜੇ ਨਿਊਜ਼ ਨੇ, WhatsApp ਤੇ ਤੁਸੀਂ ਸਵੇਰੇ ਭੇਜਦੇ ਹੋ, ਕਾਫੀ ਸਾਨੂੰ ਨੌਲੇਜ ਮਿਲਦੀ ਹੈ ਉਸ ਨੂੰ ਲੈ ਕੇ। ਸੋ ਅਗੇਨ ਆਈ ਵਾਂਟ ਟੂ ਥੈਂਕ ਯੂ। ਐਵਰੀ ਮਾਰਨਿੰਗ ਜਦੋਂ ਵੀ ਮੈਂ ਉੱਠਦਾ ਪਹਿਲਾਂ ਤਾਂ ਆਈ ਨੀਡ ਟੂ ਰੀਡ ਯੂਰ ਨਿਊਜ਼, ਸੋ ਦਿਨ ਵਧੀਆ ਲੰਘਦਾ ਬਿਕਾਜ਼ ਵੀ ਨੋ ਅਪ ਟੂ ਡੇਟ ਕਿ ਕੀ ਹੋ ਰਿਹਾ, ਤੇ ਨਾਲ ਦੀ ਨਾਲ ਜੋ ਤੁਸੀਂ ਆਨੇ ਬਾਨੇ ਵਿੱਚ ਵਿਚਾਲੇ ਜੇ ਬ੍ਰੇਕਿੰਗ ਨਿਊਜ਼ ਭੇਜਦੇ ਹੋ ਵਿੱਚ ਵਿਚਾਲੇ ਜੇ, ਸੋ ਥੈਂਕ ਯੂ ਸੋ ਮਚ ਫॉर दैट, ਇਟ ਕੀਪਸ ਅਸ ਅਪ ਟੂ ਡੇਟ। ਐਂਡ ਅਗਰ ਤੁਸੀਂ ਵੀ ਜੋਲ ਸਾਹਿਬ ਦੀ ਲਿਸਟ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਡਾਊਨ ਕਰ ਲਓ 4168953784 4168953784 ਤੇ ਤੁਸੀਂ ਜੋਲ ਸਾਹਿਬ ਦੀ WhatsApp ਤੇ ਲਿਸਟ ਜੋ ਨਿਊਜ਼ ਤਾਜ਼ੀਆਂ ਖਬਰਾਂ ਭੇਜਦੇ ਨੇ। ਜੋਲ ਸਾਹਿਬ ਅਗੇਨ ਮਿਹਨਤ ਲੱਗਦੀ ਹੈ ਐਂਡ ਤੁਸੀਂ ਵਧਾਈ ਦੇ ਪਾਤਰ ਹੋ ਇਸ ਚੀਜ਼ ਨੂੰ। ਬਹੁਤ ਬਹੁਤ ਧੰਨਵਾਦ। ਦੇਖੋ ਵੀ ਇਸ ਅਪਰਚੁਨਿਟੀ ਦੇ ਲਈ ਜਿੰਨੇ ਵੀ ਭੈਣ ਭਰਾਵਾਂ ਨੇ ਇਹ ਟੈਲੀਫੋਨ ਨੰਬਰ ਲਿਖ ਲਿਆ ਹੋਏਗਾ ਉਹ ਜੀ ਜ਼ਰੂਰ ਵੀ ਆਪਣਾ ਇਹ ਟੈਲੀਫੋਨ ਨੰਬਰ ਆਪਣੇ ਫੋਨ 'ਚ ਸੇਵ ਕਰਕੇ ਤੇ ਉੱਥੇ ਆਪਣਾ ਨਾਮ ਤੇ ਜਿਹੜਾ ਉਹ ਪੋਸਟਲ ਕੋਡ ਵਗੈਰਾ ਭੇਜ ਦੇਣ ਤਾਂ ਕਿ ਉਹਨਾਂ ਨੂੰ ਐਡ ਕੀਤਾ ਜਾ ਸਕੇ। ਦੂਸਰਾ ਇਹ ਹੈ ਜੀ ਵੀ ਇਹ ਨਾ ਆਪਾਂ ਇਹ ਮਿੱਥ ਤੋੜੀ ਆ ਤੇ ਤੋੜਨੀ ਜਾਰੀ ਰੱਖਣੀ ਆ ਵੀ ਜਿਹਨਾਂ ਭੈਣ ਭਰਾਵਾਂ ਨੇ ਇੱਥੇ ਆ ਕੇ ਕੈਨੇਡਾ ਵਰਗੀ ਧਰਤੀ ਤੇ ਗੱਲ ਬਣਾ ਲਈ ਸੀ ਵੀ ਪੰਜਾਬੀ ਮੀਡੀਆ ਜਿਹੜਾ ਵੀ ਇਹ ਤੇ ਫਲ ਸਬਜ਼ੀਆਂ ਵੇਚਣ ਜੋਗੀ ਆ, ਤੇ ਜਾਂ ਫਿਰ ਇਹਨਾਂ ਦੀ ਜਦੋਂ ਕੋਈ ਇਨਫੋਰਮੇਸ਼ਨ ਦਿੱਤੀ ਹੋਈ ਆ ਨਾ ਉਹਨੂੰ ਪਹਿਲਾਂ ਫਟਾਫਟ ਅੰਗਰੇਜ਼ੀ ਮੀਡੀਆ ਦੇ ਵਿੱਚ ਚੈੱਕ ਕਰਨਾ, CBC ਤੇ CTV ਤੇ ਵੀ ਟੋਰਾਂਟੋ ਸਟਾਰ ਤੇ ਜਾਂ ਵਗੈਰਾ ਵਗੈਰਾ ਤੇ ਜੀ ਕੀ ਸੱਚ ਹੈ ਕਿ ਨਹੀਂ, ਵੀ ਇਹ ਗੱਲ ਝੂਠੀ ਆ ਕਿ ਸੱਚ ਆ। ਮਤਲਬ ਮੇਰੇ ਕੋਲ ਬਹੁਤ ਸਾਰੀਆਂ ਆਪਣੇ ਇਸ ਜਰਨਲਿਜ਼ਮ ਦੇ ਕੈਰੀਅਰ ਦੇ ਦੌਰਾਨ ਐਗਜ਼ਾਮਪਲਸ ਆ ਜਦੋਂ ਅਸੀਂ ਜਾਣੀ ਕਿ ਸਭ ਤੋਂ ਪਹਿਲਾਂ ਪੜਤਾਲੀ ਹੋਈ, ਪਰਖੀ ਹੋਈ, ਸੱਚੀ ਤਾਜ਼ਾ ਨਿਊਜ਼ ਬ੍ਰੇਕਿੰਗ ਨਿਊਜ਼ ਭੈਣ ਭਰਾਵਾਂ ਨੂੰ ਦਿੱਤੀ ਜੀ, ਉਹਨਾਂ ਦੇ ਮਨ 'ਚ ਖਦਸ਼ਾ ਹੋਇਆ ਵੀ ਕਿਉਂਕਿ ਇਹ ਪੰਜਾਬੀ ਮੀਡੀਆ ਵੱਲੋਂ ਆ ਵੀ ਇਹ ਖਬਰ ਸੱਚੀ ਨਹੀਂ ਹੋਣੀ ਹੈ ਨਾ, ਜਿਹਦੇ ਵਿੱਚ ਜਾਣੀ ਕਿ ਮੈਨੂੰ ਯਾਦ ਰਹਿੰਦਾ ਸਦਾ ਵੀ ਅਸੀਂ ਜਦੋਂ ਫਰਾਂਸ ਦੇ ਵਿੱਚ ਦਸਤਾਰ ਦਾ ਮਸਲਾ ਆਇਆ ਤੇ ਕਿਸੇ ਨੂੰ ਹਜੇ ਖਬਰ ਨਹੀਂ ਸੀ ਤੇ ਅਸੀਂ ਜਦੋਂ ਉਹਦੇ ਤੇ ਪ੍ਰੋਗਰਾਮ ਕੀਤਾ ਜੀ, ਇੱਕ ਭਾਈ ਸਾਹਿਬ ਕੋਲਰ ਜਾਣੀ ਜਿਹਨਾਂ ਦੇ ਮਨਾਂ ਵਿੱਚ ਜਾਣੀ ਸ਼ੰਕੇ ਹੁੰਦੇ ਉਹਨਾਂ ਨੇ ਕਿਹਾ ਜੀ ਇਹ ਗੱਲ ਤਾਂ ਅਸੀਂ ਅੱਜ ਤੱਕ ਸੁਣੀ ਨਹੀਂ ਤੇ ਤੁਸੀਂ ਕੋਲੋਂ ਬਣਾਈ ਲੱਗਦੀ ਆ। ਹਾਂਜੀ, ਹੁਣ ਤੁਸੀਂ ਉਸ ਤੋਂ ਬਾਅਦ ਫਿਰ ਸਾਰੇ ਭੈਣ ਭਰਾ ਚਲੋ ਉਹ ਤੇ ਆਪਾਂ ਫੇਰ ਹਟਾਉਂਦੇ ਆ, ਪਰ ਅੱਜ ਸਵੇਰ ਦੀ ਵੀ ਗੱਲ ਆ ਜਦੋਂ ਪੱਛਮੀ ਬੰਗਾਲ ਤੋਂ ਰਿਜ਼ਲਟਸ ਆ ਰਹੇ ਸੀ ਜੀ, ਅਸੀਂ ਤੇ ਉੱਥੇ ਹੁਣ ਨੰਦੀਗ੍ਰਾਮ ਦੇ ਵਿੱਚ ਬੰਦਾ ਫਿੱਟ ਕੀਤਾ ਸੀਗਾ ਵੀ ਤੂੰ ਅੰਦਰ ਬੈਠਾ ਜਿਉਂ ਜਾਨੀ ਕਾਊਂਟਿੰਗ ਹੋਈ ਜਾਂਦੀ ਆ ਤੇ ਅਪਡੇਟ ਸਾਨੂੰ ਦੇਣੀ ਆ ਹਨਾ। ਬਿਲਕੁਲ ਤੇ ਬਿਲਕੁਲ ਅਸੀਂ ਜਿਹੜਾ ਵੀ ਇਹ ਹੁਣ ਚਲੋ TV ਚੈਨਲ ਤੇ ਆਪਾਂ ਆਪਣੇ ਤਰੀਕੇ ਨਾਲ ਭੈਣ ਭਰਾ ਜੁੜੇ ਹੋਣਗੇ ਪਰ ਸਾਡੀ ਜਿਹੜੀ ਡਿਪੈਂਡੈਂਸੀ ਆ ਉਹਨਾਂ ਤੇ ਨਹੀਂ ਸੀਗੀ। ਇੱਕ ਵਾਰੀ ਪਹਿਲਾਂ ਨਿਊਜ਼ ਆ ਗਈ ਜੀ ਵੀ ਜਿਹੜੀ ਮਮਤਾ ਬੈਨਰਜੀ ਆ ਉਹ ਜਿੱਤ ਗਏ ਨੇ। ਅੱਛਾ, ਅਸੀਂ ਲੇਕਿਨ ਕਿ ਵਾਚ ਕਰ ਰਹੇ ਸੀ ਭੇਜੇ ਤੇ ਕਾਊਂਟਿੰਗ ਹੋ ਰਹੀ ਹੈ ਜਿੱਤ, ਚਲੋ ਠੀਕ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿੱਤਣਗੇ ਕਿਉਂਕਿ ਬੜਾ ਮਤਲਬ ਵੱਡਾ ਮਾਰਕਾ ਉਹਨਾਂ ਨੇ ਮਾਰਿਆ ਜੀ, ਪਰ ਜਦੋਂ ਫਿਰ ਜਾਣੀ ਕਿ ਉਹ ਪੌਣੇ ਕੁ ਘੰਟੇ ਬਾਅਦ ਕਨਫਰਮ ਹੋਏ ਕਿ ਵੀ ਨਹੀਂ ਉਹ 1200 ਤੇ ਜਿੱਤੇ ਨਹੀਂ ਰਾਦਰ 1600 ਤੇ ਹਾਂ ਉਹਨਾਂ ਨੇ ਕਬੂਲ ਕਰ ਲਿਆ। ਅਸੀਂ ਜਦੋਂ ਉਹ ਬ੍ਰੇਕਿੰਗ ਨਿਊਜ਼ ਦਿੱਤੀ ਤੇ ਜਿਹੜੇ ਭੈਣ ਭਰਾ ਹਜੇ ਘੰਟਾ ਡੇਢ ਘੰਟਾ ਪਿੱਛੇ ਹੀ ਚੱਲ ਰਹੇ ਸੀਗੇ ਟੈਲੀਵਿਜ਼ਨ ਚੈਨਲਾਂ ਦੇ ਮਾਧਿਅਮ ਦੇ ਨਾਲ ਉਹਨਾਂ ਨੇ ਜਾਣੀ ਮਹਿਸੂਸ ਕੀਤਾ ਵੀ ਇਹ ਸਾਡੀ ਖਬਰ ਗਲਤ ਆ ਵੀ ਕਿਉਂਕਿ ਅਸੀਂ TV ਚੈਨਲਾਂ ਨੇ ਤਾਂ ਦਿੱਤੀ ਨਹੀਂ। ਰਾਈਟ ਹੁਣ ਅਸੀਂ ਕੈਨੇਡਾ 'ਚ ਬੈਠੇ ਜਾਣੀ ਕਿ ਉਹਨਾਂ ਨਾਲ ਇੱਕ ਸਟੈਪ ਅਹੈਡ ਆਪਣੇ ਭੈਣ ਭਰਾਵਾਂ ਨੂੰ ਜਾਣੀ ਉਹ ਅਪਡੇਟ ਰੱਖ ਰਹੇ ਆ। ਇਹ ਹੁਣ ਹਰ ਇੱਕ ਦੀ ਗਾਂ ਆਪੋ ਆਪਣੀ ਸਮਝ ਆ ਹਨਾ। ਹੁਣ ਅਸੀਂ उन्नी क समर्था प्राप्त कर चुके हैं पिछले सालों के दौरान इतने कनेडा के अमरीका के वर्ल्ड वाइड जर्नलिज्म करदियां कि PCTV CBC बाकी जिहड़ा भी तुसीं मेन स्ट्रीम मीडिया समझदे आ भी जे उन्हां तों असीं पहला खबर ना दे सके तो उन्हां दे बराबर जरूर दे सकदे आ। बिल्कुल 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 दे सकदे आ और दिंने आ असीं और साडी 80% न्यूज़ आ जिहड़ी उन्हां तों पहला ही जांदी आ भैण भरावां क्योंकि सानूं तुहाडी नब्ज़ दा पता ना जी सानूं पता तुहाडी नब्ज़ किहड़ी खबर ते तुहाडी नज़र आ किहड़ी तुसीं उडीकदे हो असीं उन्हां तों पहला तुहानूं देण दी समर्था रखदे आ जी। इस करके जिहड़े शंके आ ना 20 साल 25 साल पुराने भी पंजाबी मीडिया ओह थोड़ा जिहा हुण भरोसा बनो ते जदों स्पैशली असीं परखी होई गल करदे आ ना ते उहदे ते शंका करन दी बजाय जे भरोसा कर लो क्योंकि घंटे 1.5 घंटे 2 घंटे 24-48 घंटियां बाद भी तो तुहानूं पता ही लगदा कि खबर ठीक सी आंदी जी। सो इस करके पहला यकीन कर लेना चंगी गल है। 905-813-1320 न्यूज़ तो जान तो पहला दस दे कि तुसीं IPTV बॉक्स 'च रजिस्टर करना चाहुंदे हो एंड अप टू 5500 चैनल्स HD 4K तुसीं बॉक्स तुहाडा कोई है अपना तुसीं आपां उस नूं अपडेट भी कर सकदे नवा बॉक्स लेना चाहुंदे हो एंड्रॉयड बॉक्स जिथे तुसीं बहुत सारे चैनल्स 5500+ चैनल्स देख सकदे हो तो कॉल कर सकदे हो 647-554-5859 less than the market monthly price, less than boxes जो retail दे विच मिलदे ने उह तो बहुत घट and monthly दा मैं कहंदा भी जो monthly cost है nobody can beat 647-554-5859 647-554-5859 ते IPTV box बारे जानकारी लै सकदे हो। तुसी अपने ट्रकां दी रिपेयर वॉश या तुसी ट्रेलर दी रिपेयर करवाना चाहुंदे हो तां गिल ब्रदर्स नूं याद जरूर रखना 1295 शॉशन ड्राइव give Gill Brothers a call number to call is 905-458-3455। चौल साहब गलबात करिए सीनियर्स दी सीनियर सिटीजनस दी गलबात जो काफ़ी मैनू सुन के भी अजीब लगता कि फ्रॉड्स हो रहा सीनियर्स दे नाल ये किहड़ी खबर है जॉल साहब? देखो जी मैनू लगता भी फ्रॉड यही ना भी ना पहली बारी होया ते ना लगता भी जिन्ना चिर आपां ये ललसाई हुई मानसिकता का त्याग करना बाणी सुनदियां पढ़दियां नाल आपां लालचां च फसे होए रहना ते नाल असीं जाणी कि कहना भी असीं बाणी दे बहुत अच्छे उपासकां ते फॉलोअर आ जी। मैं समझदा जी भी बाणी दे उपासक फॉलोअर मत्था असीं बहुता टेक भावें ना रहे होईए कंठ भावें सानूं बाणी बहुती ना होवे पर जे उहदे संदेशां दे मुताबक अपना जीवन चला रहे होईए ना ते तद असल सत्कार आ ओह आ बाणी नूं मनणा जी। ते जे बाणी दी भावना दे मुताबक जिहड़ा जीवन ही नहीं अपना सिरजिआ ते फिर ओह सुणीआं कईआं गल्लां ते तुहानूं पता ही है जी फिर ओह जो कुछ सदियां तो चल रिहा बट एनीवेज असीं साढ़े तो वड्डी उम्र के लोग जदों ग्रीड दे विच आके जाणी अपनी मेहनत की कमाई लुटा बैठते हैं तो थोड़ा जा मन दे विच इतराज भी आउंदा विचारगी भी आउंदी आ वैराग भी आउंदा भी किन्ना असीं कलप रहे हैं किन्ने सालां तो दस रहे हैं अखबारां च लिख के रेडियो ते टैलीविजन ते ते उहदे बावजूद भी जदों जाणी भैण भरा लुट होण तो बाद सानूं फोन करदे भी हुण साडी मदद करो तो फिर बहुत हैल्पलैस कई वारी हो जाईदा भी जाणी जे हुण साडी अर्श आपां जे कोई गल कर रहे हां है ना ते साडी कई गल दा अर्थ ते तद ही आ कोई भैण भरा सुन के जाणी ओनू मन भी लवे है ना जी मन लवे अपना जीवन बचा लवे असीं उहनां नूं अपने लिए साडे लिए ते कुछ करन नूं नहीं कहंदे अपने उहनां दे बचाव वास्ते गल करदे हां। सो इस करके इह जी पिछले 3 सालां दा तां मेरे को ऑन दा रिकॉर्ड जाणी चीज़ां पईआं भैण भरावां नूं हर माध्यम दे राहीं इन्फॉर्म करन दी कोशिश कीती भी इह जिहड़े चिट कपड़ीए टाई तारक इत्थे अपनी कम्यूनिटी के अपने लुट्टन के लिए सारिया कम्यूनिटी है साड़ी भी है तो होरना भी होणगे पर होरना की असीं गल तद करिए जे साडे विच कोई नुकस ना होवे तो पहलां आओ आपां अपने नुकसान की गल कर लिया करिए ते फिर दूजियां दी भी कर लिया करिए। तो इदां है जी भी इह जिहड़े चिट कपड़ीए टाई धारक कह लो सूट धारक कह लो भी इह एजेंटनियां जां ठग ठगणियां लोकां नूं जाणी कि गल्लां दे विच लिआ के पॉलिसियां वगैरह बेच के भरोसा वगैरह बन के उहनां ते फिर उहनां नूं कहणा जी हुण तुसीं इन्वैस्टमेंट कर लो आ देखो जी भी कमाल दा प्रोजेक्ट आ गया ਇਹਦੇ ਵਿੱਚ ਜੇ ਤੁਸੀਂ ਲਾਈਨ ਆਫ ਕ੍ਰੈਡਿਟ ਤੇ ਵੀ ਜੇ ਤੁਸੀਂ ਸ਼ਿਫਟਾਂ ਲਾ ਰਹੇ ਆ ਥੋੜੇ ਬਹੁਤੇ 10,000 20,000 ਜੇ ਬੈਂਕ ਅਕਾਊਂਟ 'ਚ ਹੈਗਾ ਤੇ ਉਹਦੇ ਦੋ ਤੇ ਨਾਲ ਤੁਸੀਂ ਆਪਣੇ ਘਰ ਦੀ ਐਕੁਇਟੀ ਤੇ ਲਓ ਲਾਈਨ ਆਫ ਕ੍ਰੈਡਿਟ ਤੇ ਉਹ 1 ਲੱਖ 1.5 ਲੱਖ ਉਧਰੋਂ ਦੇ ਦਿਓ ਤੇ ਤੁਹਾਨੂੰ ਤੇ ਮਹੀਨੇ ਦਾ 2-4 ਹਜ਼ਾਰ ਡਾਲਰ ਜਿਹੜਾ ਘਰੇ ਬੈਠਿਆਂ ਨੂੰ ਆਉਣ ਲੱਗ ਪਊਗਾ 20% ਵਿਆਜ ਆ ਜੀ 12% ਵਿਆਜ ਆ ਜੀ ਹਨਾ ਤੇ ਉਹ ਪ੍ਰੋਜੈਕਟ ਜਦੋਂ ਇਨਵੈਸਟ ਹੋਣਾ ਤੇ ਉਹਦੇ ਵਿੱਚ ਕਮਾਲ ਹੋ ਜਾਣੀ ਉਹਦੀ ਤੇ ਪ੍ਰਾਈਸ ਹੀ ਡਬਲ ਹੋ ਜਾਣੀ ਆ ਉਹਦੇ ਵਿੱਚ ਜਾਣੀ ਕਿ ਜਿਹੜਾ ਉਹ ਇਨਵੈਸਟਰ ਨੂੰ पुचकारिया जा रहा हुंदा कह लो भी मनाया जा रहा हुंदा उहदे विच कई भैणां भरा भी हैगे ने हां जी बीबियां भी बहुत ने जिहड़ियां इदां ठग होईयां ने सानूं पता उहनां बारे ਉਹ ਜੀ ਫਿਰ ਉਹਨਾਂ ਦਾ ਯਕੀਨ ਇਸ ਗੱਲ ਤੇ ਵੱਜ ਜਾਂਦਾ ਵੀ ਉਹ ਠੱਗ ਠੱਗਣੀਆਂ ਨੇ ਇੱਕ ਇਹੋ ਜਿਹਾ ਕੌਂਟਰੈਕਟ ਅਰਸ਼ ਤਿਆਰ ਕੀਤਾ ਹੁੰਦਾ ਕੁਝ ਸਫਿਆਂ ਦਾ ਵੀ ਇਹਦੇ ਤੇ ਆਪਾਂ ਜੀ ਵੀ ਆ ਦੇਖੋ ਲਿਖਤੀ ਰੂਪ ਦੇ ਵਿੱਚ ਆਪਾਂ ਕਰ ਰਹੇ ਹਾਂ, ਉਹ ਬੰਦੇ ਨੂੰ ਹੁੰਦਾ ਵੀ ਯਾਰ ਕੰਟਰੈਕਟ ਕਰ ਰਹੇ ਹਾਂ ਤੇ ਇਹ ਕਿੱਥੇ ਚੱਲੇ ਆਪਣਾ ਗੱਲਾਂ ਦਾ ਮਤਲਬ ਅਸਰ ਹੀ ਇੰਨਾ ਮਾਈਂਡ ਵਾਸ਼ ਹੋ ਗਿਆ ਹੁੰਦਾ ਜੀ। ਹੁਣ ਉਹ ਆਪਣੀ ਆਦਤ ਕੀ ਬਣੀ ਹੋਈ ਹੈ ਦਹਾਕਿਆਂ ਤੋਂ, ਮਤਲਬ ਬਜ਼ੁਰਗਾਂ ਦੀ ਵੀ ਹਰ ਇੱਕ ਭੈਣ ਭਰਾ ਦੀ ਵੀ ਆਪਾਂ ਜਿੱਥੇ ਘੁੱਗੀਆਂ ਮਾਰਨੀਆਂ ਸਾਈਨ ਕਰਨੇ ਉਹਨੂੰ ਪੜ੍ਹਨਾ ਨਹੀਂ ਜੀ, ਬਿਨਾਂ ਪੜ੍ਹਿਆ ਹੀ ਅੱਛਾ ਉਹ ਘੁੱਗੀਆਂ ਮਾਰ ਕੇ ਉਹਨੂੰ ਫੜਾਤਾ। ਹੁਣ ਅਸਲ ਦੇ ਵਿੱਚ ਉਸ ਕੰਟਰੈਕਟ ਦੇ ਵਿੱਚ ਉਹਨਾਂ ਨੇ ਬੜੀ ਸ਼ੈਤਾਨੀ ਦੇ ਨਾਲ ਇਹ ਗੱਲ ਪਾਈ ਹੋਈ ਆ ਕਿ ਵੀ ਜੇ ਪ੍ਰੋਜੈਕਟ ਡੁੱਬ ਗਿਆ ਤੇ ਪੈਸੇ ਗਏ। ਹਾਂ ਮਤਲਬ ਉਹ ਕੰਟਰੈਕਟ ਲੈ ਕੇ ਜੇ ਕੱਲ ਨੂੰ ਤੁਸੀਂ ਵਕੀਲ ਕੋਲ ਵੀ ਤੁਹਾਨੂੰ ਜਦੋਂ ਠੱਗੀ ਦਾ ਪਤਾ ਲੱਗੇ ਚੱਲ ਜਾਓ, ਜੱਜ ਕੋਲ ਵੀ ਚੱਲ ਜਾਓ ਤੇ ਜੱਜ ਦੇ ਹੱਥ ਬੰਨੇ ਆ ਵੀ ਅੱਜ ਤਾਂ ਤੁਸੀਂ ਆਪ ਐਗਰੀ ਹੋਏ ਆ, ਲਿਖਿਆ ਹੋਇਆ ਵੀ ਜੇ ਪ੍ਰੋਜੈਕਟ ਡੁੱਬ ਗਿਆ ਤੇ ਪੈਸੇ ਤੁਹਾਡੇ ਗਏ। ਸੋ ਉਹ ਜਿਹੜਾ ਕੰਟਰੈਕਟ ਸਾਈਨ ਕੀਤਾ ਜਾਂਦਾ ਉਹ ਇਨਵੈਸਟਰ ਦੇ ਕਿਸੇ ਕੰਮ ਨਹੀਂ, ਉਹਦੇ ਲਈ ਉਹ ਰੱਦੀ ਦੀ ਟੋਕਰੀ ਦਾ ਸਮਾਨ ਆ। ਇਹ ਤਾਂ ਉਹ ਠੱਗ ਠੱਗਣੀ ਏਜੰਟਣੀ ਨੂੰ ਬਚਾਉਣ ਲਈ ਤੁਸੀਂ ਉਹਨੂੰ ਘੁੱਗੀਆਂ ਮਾਰ ਕੇ ਦਿੰਦੇ ਆ। ਕਿੰਨੀ ਵਾਰੀ ਜਾਣੀ ਇਹ ਚੀਜ਼ਾਂ ਸਮਝਾਈਆਂ ਤੇ ਲਾਸਟ ਵੀਕ ਵੀ ਮੈਨੂੰ ਜਾਣੀ ਬਜ਼ੁਰਗਾਂ ਦੀ ਕਾਲ ਆਈ ਵੀ $1.25 ਲੱਖ ਦੇ ਵਿੱਚ ਉਹ ਠੱਗੇ ਜਾ ਚੁੱਕੇ ਨੇ। ਰੀਸੈਂਟਲੀ ਜੋਲ ਸਾਹਿਬ ਸਾਲ ਪਹਿਲਾਂ ਇੱਕ ਬਹੁਤ ਵੱਡਾ ਕੇਸ ਆਈ ਥਿੰਕ ਯੂ ਨੋ ਅਬਾਊਟ ਦਾ ਆਪਾਂ ਡਿਸਕਸ ਵੀ ਕੀਤਾ ਸੀ ਉਹਦੇ ਬਾਰੇ, ਪਰ ਨਹੀਂ ਕਿੰਨੇ ਜਾਣੇ ਲਪੇਟੇ ਦੇ ਵਿੱਚ ਆਏ। ਸਾਡੇ ਖਾਸ ਨੋਨ ਇੱਕ ਝੂਠਾ ਪ੍ਰੋਜੈਕਟ ਖੜਾ ਕਰਤਾ ਡਾਊਨਟਾਊਨ ਟੋਰਾਂਟੋ ਦੇ ਵਿੱਚ ਤੇ ਵਿਚਾਰੇ ਜਿਹੜੇ ਸਾਡੇ ਵਰਗੇ ਯੂ ਨੋ ਲਾਈਕ ਟਰਸਟ ਕਰਦੇ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਲੱਖ 2 ਲੱਖ ਮਿਲੀਅਨ 1 ਮਿਲੀਅਨ 2 ਮਿਲੀਅਨ ਤੱਕ ਵੀ ਦੇ ਦਿੱਤੇ ਕਿ ਹਾਂ ਵੀ ਚਲੋ ਰੈਜ਼ਿਜੂਅਲ ਇਨਕਮ ਆਉਂਦੀ ਰਹੂਗੀ ਮਹੀਨੇ। ਪਹਿਲੇ ਦਿਨ 4 ਮਹੀਨੇ ਤਾਂ ਬਹੁਤ ਵਧੀਆ ਆਈ, ਹਾਂ ਵੀ ਬਈ $2-2,000 ਆ ਰਿਹਾ ਜੀ, ਵੈਰੀ ਗੁੱਡ। ਉਸ ਤੋਂ ਬਾਅਦ 5ਵਾਂ ਮਹੀਨਾ ਕਿੱਥੇ ਗਿਆ ਹਾਲੇ ਤੱਕ ਪਤਾ ਨਹੀਂ ਕਿਸੇ ਨੂੰ। ਅਰਸ਼ ਦੇਖੋ ਜੇ ਤੁਸੀਂ ਮੈਨੂੰ $1 ਲੱਖ ਦਿਓ ਤੇ ਤੁਹਾਨੂੰ ਜੇ ਮੈਂ 2-2,000 ਕਰਕੇ 5 ਮਹੀਨੇ ਵੀ ਮੋੜੀ ਜਾਵਾਂ ਤੇ 10,000 ਤੁਹਾਨੂੰ ਮੁੜਿਆ ਆ ਤੇ 90 ਤੇ ਫਿਰ ਮੇਰੇ ਕੋਲ ਹੀ ਰਹਿ ਗਿਆ ਨਾ। ਸੌਦਾ ਮਾੜਾ ਇਹ ਨਾ, ਬਿਲਕੁਲ ਨਹੀਂ ਮਾੜਾ, ਮੈਂ ਕਹਿੰਦਾ ਬਹੁਤ ਵਧੀਆ ਸੌਦਾ। ਸੋ 2-4 ਕਿਸ਼ਤਾਂ ਜਦੋਂ ਬੰਦਿਆਂ ਨੂੰ ਆਉਣ ਲੋਕਾਂ ਨੂੰ ਲੱਗ ਜਾਂਦੀਆਂ ਉਹ ਹੋਰ ਗਰੀਡ ਫਿਰ ਹੋਰ ਲਾਲਚ ਹੋਰ ਚੁੱਕ ਕੇ ਰਕਮ ਉਹਨੂੰ ਫੜਾ ਦੇਣਗੇ ਕਈ ਵਾਰੀ ਹਨਾ। ਜਾਂ ਫਿਰ ਮੈਂ ਇਸ ਗੱਲੋਂ ਬੜਾ ਹੈਰਾਨ ਹੈ ਵੀ ਉਹ ਗਾਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤ ਮਿੱਤਰਾਂ ਨੂੰ ਜਾਣੀ ਕਿ ਸੁਣਾ ਕੇ ਤੁਸੀਂ ਸ਼ਿਫਟਾਂ ਲਾਈ ਜਾਂਦੇ ਆ ਦੇਖੋ ਸਾਡੀਆਂ ਤੇ ਇੱਧਰ ਮੌਜਾਂ ਲੱਗੀਆਂ ਹੋਈਆਂ, ਉਹਨਾਂ ਨੂੰ ਵੀ ਜਾਣੀ ਕਿ ਲੁਟਾ ਦੇਣਗੇ। ਏਦਾਂ ਦੀਆਂ ਵੀ ਬਹੁਤ ਘਟਨਾਵਾਂ ਹੈਗੀਆਂ ਤੇ ਇੰਡੀਆ ਤੱਕ ਵੀ ਜਾਣੀ ਇਹੀ ਹਾਲ ਲੋਕਾਂ ਦਾ, ਘਰੇ ਬੈਠੇ ਕੰਪਿਊਟਰਾਂ ਦੀਆਂ ਸਕਰੀਨਾਂ ਅੱਗੇ ਬੈਠੀਆਂ ਵੀ ਲੁੱਟ ਠੱਗ ਹੋ ਰਹੇ ਨੇ। ਗੱਲ ਨਹੀਂ ਕੋਈ ਬਾਤ ਨਹੀਂ ਹੈ ਨਾ। ਸੋ ਇਹ ਤਾਂ ਫਿਰ ਮੈਂ ਹੁਣ ਸਮਝਦਾ ਹੁੰਦਾ ਵੀ ਭੱਲ ਨਾ ਪਚਣ ਵਾਲੀ ਗੱਲ ਹੀ ਆ। ਇੱਥੋਂ ਤੱਕ ਕਿ ਜਦੋਂ ਉਹ ਨੰਗੀ ਚਿੱਟੀ ਜਾਣੀ ਠੱਗੀ ਜ਼ਾਹਰ ਵੀ ਹੋ ਜਾਏ ਵੀ ਉਹ ਏਜੰਟਣੀ ਨੇ ਫੋਨ ਬਦਲ ਲਿਆ ਜੀ, ਫੋਨ ਨਹੀਂ ਚੱਕਦੇ ਜੀ, ਹੁਣ ਤੁਹਾਨੂੰ ਟੁੱਟ ਪੈਂਦੇ ਆ ਜੀ, ਜਾਂ ਤੁਹਾਡਾ ਸਿੱਧੇ ਮੂੰਹ ਗੱਲ ਨਹੀਂ ਕਰਦੇ ਜੀ। ਜਿਹੜੇ ਕੰਟਰੈਕਟ ਤੇ ਸਾਈਨ ਕੀਤੇ ਸੀ ਨਾ ਪੜ੍ਹਨਾ ਉਹਨੂੰ ਫੇਰ ਵੀ ਨਹੀਂ, ਹਾਂ ਬਿਲਕੁਲ ਪੜ੍ਹਨਾ ਉਹਨੂੰ ਫੇਰ ਵੀ ਨਹੀਂ ਹਨਾ। ਸੋ ਇਸ ਕਰਕੇ ਮੈਂ ਇਹ ਗੱਲ ਕਰਦਾ ਵੀ ਆਪਾਂ ਥੋੜੇ ਅਕਲਾਂ ਦੇ ਦਿਮਾਗਾਂ ਦੇ ਸਮਝਾਂ ਦੇ ਖੁੰਨੇ ਖੋਲੀਏ ਹਨਾ ਤੇ ਵੀ ਇਹ ਲਾਲਸਾ ਤਿਆਗੀਏ। ਤੇ ਜਿਹੜਾ ਵੀ ਜਾਣੀ ਆ ਪੁਲਿਸਾਂ ਵੀ ਲਿਖ ਲਿਖ ਕੇ ਕਿੰਨੀ ਅਵੇਅਰਨੈਸ ਕੰਪੇਨ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਜਿਹੜੀ ਗੱਲ ਜਾਣੀ ਕਿ ਤੁਹਾਨੂੰ ਪੁਚਕਾਰਿਆ ਜਾ ਰਿਹਾ ਟੂ ਗੁੱਡ ਟੂ ਬੀ ਟਰੂ ਲੱਗਦੀ ਆ, ਜਿਹੜੀ ਗੱਲ ਤੁਹਾਨੂੰ ਹੁਣ 20% ਵਿਆਜ ਹਨਾ 20% 45% ਵਿਆਜ ਦਾ ਵੀ ਇੱਕ ਨੂੰ ਲਾਲਚ ਦੇਤਾ ਸੀ 45 ਵੀ ਇਹ ਜਾਣੀ ਕਿ ਯਕੀਨਯੋਗ ਜਿਹੜੀ ਗੱਲ ਨਹੀਂ ਕੋਈ ਚਲੋ 10% ਤੱਕ ਕੋਈ ਗੱਲ ਮੰਨੀ 12 ਤੱਕ ਵੀ ਬਹੁਤ ਵਾਰ ਜਿਹੜਾ, ਪਰ ਜਿੰਨਾ ਚਿਰ ਹੁਣ ਤੁਸੀਂ ਉਹ ਏਜੰਟਣੀ ਤੇ ਠੱਗ ਠੱਗਣੀ ਦੇ ਨਾਲ ਘੁੱਗੀਆਂ ਮਾਰਤੀਆਂ ਤੇ ਵਿੱਚ ਕੋਈ ਥਰਡ ਪਰਸਨ ਕੋਈ ਕ੍ਰੈਡੀਬਲ ਵਿਟਨੈਸ ਹੈ ਹੀ ਨਹੀਂ ਹਨਾ। ਤੁਸੀਂ ਜਿੱਦਾਂ ਆ ਪ੍ਰੋਪਰਟੀ ਦੀ ਕਲੋਜ਼ਿੰਗ ਆਪਾਂ ਕਰਦੇ ਹਾਂ ਵਕੀਲ ਦੇ ਰਾਹੀਂ ਕਰਦੇ, ਤੁਸੀਂ ਤਾਂ ਪ੍ਰੋਫੈਸ਼ਨਲ ਆਰਟਿਸਟ ਵੀ ਕੀ ਇਸ ਤਰ੍ਹਾਂ ਦਾ ਕੰਟਰੈਕਟ ਕਰਨ ਲੱਗਿਆ ਤੁਹਾਨੂੰ ਲਾਇਰ ਕੋਲ ਕਿਉਂ ਨਹੀਂ ਜਾਣਾ ਚਾਹੀਦਾ? ਜੇ ਤੁਸੀਂ ਕਿਸੇ ਨੂੰ $1.25 ਲੱਖ ਦੇਣਾ ਤੁਸੀਂ ਕਿਸੇ ਪ੍ਰੋਫੈਸ਼ਨਲ ਲਾਇਰ ਨਾਲ ਪਹਿਲਾਂ ਗੱਲ ਕਰ ਲਓ। ਤੇ ਜਾਂ ਫਿਰ ਅਰਸ਼ ਅਸੀਂ ਤੁਸੀਂ ਮੀਡੀਆ ਪੁਲਿਸਾਂ ਜੀ ਇਹ ਜਦੋਂ ਲੁੱਟ ਹੋ ਜਾਂਦੇ ਲੋਕ ਆਪਣੀਆਂ ਕਮਲ ਘੋਟ ਕੇ ਤੇ ਫੇਰ ਇਹਨਾਂ ਨੂੰ ਮੀਡੀਆ ਦਾ ਚੇਤਾ ਆ ਜਾਂਦਾ। ਫਿਰ ਇਹ ਮੀਡੀਆ ਤੇ ਵੀ ਅਸੀਂ ਦੇਖਦੇ ਹਾਂ ਵੀ ਭੈਣ ਭਰਾ ਕਈ ਵਾਰੀ ਮੀਡੀਆ ਤੇ ਨਜਲਾ ਝਾੜੂਗੇ ਵੀ ਇਹਨਾਂ ਨੇ ਨਹੀਂ ਇਹਨਾਂ ਨੂੰ ਵੀ ਇਹਨਾਂ ਨੂੰ ਸਬਜ਼ੀਆਂ ਵੇਚਣ ਤੋਂ ਵਿਹਲ ਨਹੀਂ ਜੀ। ਪਰ ਜਦੋਂ ਮੇਰੇ ਨਾਲ ਕੋਈ ਭੈਣ ਭਰਾ ਗੱਲ ਕਰੇ ਮੈਂ ਤੇ ਪ੍ਰੂਵ ਕਰ ਸਕਦਾ ਵੀ ਕਿਸੇ ਕਿੰਨੇ ਸਾਲਾਂ ਤੋਂ ਸਾਡਾ ਤਾਂ ਦਿਮਾਗ ਖਰਚ ਹੋ ਰਿਹਾ ਤੇ ਤੁਸੀਂ ਜੇ ਪੜ੍ਹਨਾ ਹੀ ਨਹੀਂ, ਤੁਸੀਂ ਮੁਫ਼ਤ ਚ ਦਿੱਤੀ ਇਨਫੋਰਮੇਸ਼ਨ ਅਖਬਾਰ ਦੇ ਵਿੱਚ ਚੁੱਕ ਕੇ ਪੜ੍ਹ ਹੀ ਨਹੀਂ ਸਕਦੇ ਹਨਾ। ਅੱਛਾ ਹੁਣ ਚਲੋ ਅਖਬਾਰ ਦੀ ਵੀ ਗੱਲ ਕਹੀ, ਟੈਲੀਵਿਜ਼ਨ ਦੀ ਵੀ ਚਲੋ ਘੱਟ ਗਿਆ, ਵੀਡੀਓ ਕਿੱਡਾ ਸਟਰੋਂਗ ਮਾਧਿਅਮ ਆ। ਇਹਦੇ ਨਾਲ ਫਿਰ ਦੇਖੋ ਹੁਣ ਜਿਹੜੀ ਤੁਸੀਂ ਟੈਲੀਫੋਨ ਤੇ ਗੱਲ ਕਰਕੇ ਹਟੇ ਆ ਐਵਰੀ ਅਰਲੀ ਮਾਰਨਿੰਗ ਅਸੀਂ ਉਹਦੇ ਤੇ ਕਿੰਨਾ ਕੁਛ ਭੈਣ ਭਰਾਵਾਂ ਨੂੰ ਲਿਖ ਕੇ ਉਹਨਾਂ ਦੇ ਫੋਨਾਂ ਦੇ ਵਿੱਚ ਭੇਜ ਰਹੇ ਆ। ਕਿੰਨੇ ਸਾਰੇ ਮੈਨੂੰ ਫੇਰ ਵੀ ਡੇਲੀ ਬੇਸਿਸ ਤੇ ਫੋਨ ਆ ਜਾਂਦੇ ਵੀ ਉਹਨਾਂ ਨੇ ਉਹ ਨਹੀਂ ਪੜ੍ਹਨ ਦੀ ਹਿੰਮਤ ਕਰਨੀ ਜੋ ਉਹਨਾਂ ਨੂੰ ਭੇਜਿਆ ਹੋਇਆ ਹਨਾ ਜੀ। ਵੀ ਜਦੋਂ ਕੋਈ ਗੱਲ ਆ ਫਿਰ ਫੋਨ ਕਰਨਗੇ ਵੀ ਆਹ ਕੱਲਾ ਕਿੱਦਾਂ, ਮੈਂ ਕਿਹਾ ਜੀ ਤੁਹਾਨੂੰ ਤੇ ਲਿਖ ਕੇ ਤੁਹਾਡੇ ਫੋਨ 'ਚ ਭੇਜੀ ਹੋਈ, ਉਹਨੂੰ ਤਾਂ ਜ਼ਰਾ ਉਪਰਾਲਾ ਕਰਨਾ ਸੀ ਪੜ੍ਹਨ ਦਾ ਜੀ। ਕਿਉਂਕਿ ਕਈ ਵਾਰੀ ਉਹ ਚੀਜ਼ਾਂ ਲਿਖਣ ਨੂੰ ਸਾਡਾ ਤਾਂ ਮਤਲਬ ਉਹਦੇ 'ਚ ਸਮਾਂ ਹਾਰਡ ਵਰਕ ਕਿੰਨਾ ਹੁੰਦਾ, ਪਰ ਜੇ ਕੋਈ 5 ਮਿੰਟ ਭੈਣ ਭਰਾ ਉਹਨੂੰ ਲਾ ਕੇ ਪੜ੍ਹ ਹੀ ਨਹੀਂ ਸਕਿਆ ਹਨਾ ਤੇ ਫਿਰ ਬਾਅਦ ਦੇ ਵਿੱਚ ਜਾਣੀ ਕਿ ਜੇ ਕਿਸੇ ਕੋਲੋਂ ਉਹ ਪਛੜ ਗਏ ਰਹਿ ਗਏ ਨਹੀਂ ਅਵੇਅਰ ਹੋਏ ਤੇ ਫਿਰ ਕਸੂਰ ਕਿਹਦਾ ਆ? ਬਿਲਕੁਲ ਬਿਲਕੁਲ। ਸੋ ਇਸ ਕਰਕੇ ਇਹ ਥੋੜਾ ਜਿਹਾ ਆਪਾਂ ਆਪਣੀ ਹੈਬਿਟ ਨੂੰ ਚੇਂਜ ਕਰ ਲਈਏ, ਜਿਹੜੀ ਪ੍ਰੋਪਰ ਇਨਫੋਰਮੇਸ਼ਨ ਆ ਉਹ ਲੈ ਲਈਏ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਜਦੋਂ ਆਪਾਂ ਚੱਲਦੇ ਹਾਂ। ਵੀ ਜ਼ਰੂਰੀ ਨੀ ਗਾ ਵੀ ਜੇ ਕੋਈ ਇੱਥੇ 40 ਸਾਲ ਤੋਂ ਵਿਅਕਤੀ ਰਹਿ ਰਿਹਾ ਕੈਨੇਡਾ ਦੇ ਵਿੱਚ ਰਹਿ ਰਹੀ ਆ ਤੇ ਉਹਨੂੰ ਕੈਨੇਡਾ ਬਾਰੇ ਸਭ ਕੁਛ ਪਤਾ ਹੈ ਨਾ, ਕਿਉਂਕਿ ਇੰਨੀ ਇਨਫੋਰਮੇਸ਼ਨ ਆ ਆਲ ਦੁਆਲ ਦੇ ਵਿੱਚ। ਕਿੰਨਾ ਵਰਲਡ ਆ ਜਿਹੜਾ ਫਾਸਟ ਪੇਸ ਤੇ ਚੇਂਜ ਹੁੰਦਾ ਰਹਿੰਦਾ ਚੀਜ਼ਾਂ। ਅਸੀਂ ਹੁਣ ਆਪਣੇ ਦਾਇਰੇ ਦੇ ਵਿੱਚ ਵਿਚਰਦਿਆਂ ਹਰ ਗੱਲ ਨਹੀਂ ਵੀ ਵਿਅਕਤੀ ਨੂੰ ਪਤਾ ਹੁੰਦਾ, ਪਰ ਜੇ ਉਹ ਤੁਹਾਡੇ ਹੱਥਾਂ ਦੇ ਵਿੱਚ ਫੋਨਾਂ ਦੇ ਵਿੱਚ ਡੇਲੀ ਲਿਖ ਲਿਖ ਕੇ ਭੇਜੀ ਜਾ ਰਹੀ ਤੇ ਫਿਰ ਹੁਣ ਜੇ ਪੜ੍ਹੀ ਨੀ ਲਿਖੀ ਨੀ ਸੁਣੀ ਨੀ ਤੇ ਕੀ ਉਹਦੇ ਵਿੱਚ ਵਿਅਕਤੀ ਕਰ ਸਕਦਾ? ਸੋ ਲੁੱਟ ਹੋ ਕੇ ਜਦੋਂ ਭੈਣ ਭਰਾ ਫੋਨ ਕਰਦੇ ਮੇਰੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਵੀ ਸਾਡਾ ਮਿਸ਼ਨ ਅਧੂਰਾ ਰਿਹਾ। ਅਸੀਂ ਬਚਾਉਣਾ ਚਾਹੁੰਦੇ ਸੀ ਉਹਨਾਂ ਦੇ ਫੋਨ ਦੇ ਵਿੱਚ ਸਾਰੀ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਉਹ ਬਚ ਨਾ ਸਕੇ। ਤੇ ਹੁਣ ਦੱਸੋ ਜਾਂ ਤੇ ਫਿਰ ਸਾਨੂੰ ਕੋਈ ਭੈਣ ਭਰਾ ਫੋਨ ਕਰਕੇ ਹੀ ਦੱਸ ਦੇਵੇ ਵੀ ਹੁਣ ਹੋਰ ਅਸੀਂ ਤੁਹਾਨੂੰ ਬਚਾਉਣ ਲਈ ਕਰ ਕੀ ਸਕਦੇ ਹਾਂ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਜੀ। ਕਾਲ ਆਫ ਲਾਸ਼ ਕਰ ਰਹੇ ਨੇ ਅਸੀਂ ਕਾਲ ਲੈਂਦੇ ਹਾਂ। ਉਸ ਤੋਂ ਪਹਿਲਾਂ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਸਟਾਰ ਟਰੱਕ ਡਰਾਈਵਿੰਗ ਸਕੂਲ ਦੇ ਜਗਦੇਵ ਸੰਧੂ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਤੁਸੀਂ ਕੋਈ ਵੀ ਤਰ੍ਹਾਂ ਦਾ ਟਰੱਕ ਸਿੱਖਣਾ ਚਾਹੁੰਦੇ ਹੋ, ਨਵੇਂ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ, ਫਿਰ ਦੈਟ ਯੂ ਨੀਡ ਅ ਟਰੱਕਿੰਗ ਲਾਇਸੈਂਸ, ਪੜ੍ਹਾਉਣਗੇ ਲਿਖਾਉਣਗੇ ਤੇ ਨਾਲ ਟੈਸਟ ਵੀ ਕਰਾ ਕੇ ਦੇਣਗੇ। ਦੈਟ ਇਜ਼ ਸਟਾਰ ਟਰੱਕ ਡਰਾਈਵਿੰਗ ਸਕੂਲ 6477649191 Fresh Food Center 12570 Kennedy Road north of Mayfield। ताज़ियाँ सब्जियाँ फल फूड वास्ते Fresh Food Center फ़ोन नंबर 9058432224। लेंदे पहली कॉल ऑन दी है जी। हेलो हेलो हाँ जी आप जी जी हाँ जी कन्फर्म करना है ममता बनर्जी जीती है कि ना हारी है? मैं तो सुना है जीती है जोन सपोर्ट पे। ठीक है जी। ਸੀਨੀਅਰ ਦੇ ਠੱਗ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਜਿੱਤ ਹੈ ਉਹ ਵੀ ਅਹਿਮ ਹੈ ਜਾਣਨਾ ਜੀ, ਬਹੁਤ ਮਿਹਰਬਾਨੀ। ਹਾਂਜੀ ਨਹੀਂ ਉਹਨਾਂ ਦੀ ਖਬਰ ਜਿਹੜੀ ਪਹਿਲਾਂ ਆ ਗਈ ਸੀ, ਜਿਸ ਤਰ੍ਹਾਂ ਹੁਣ ਤਾਂ ਬਹੁਤ ਦੇਰ ਤੋਂ ਕਨਫਰਮ ਹੋ ਗਿਆ, ਪਰ ਸਭ ਤੋਂ ਪਹਿਲਾਂ ਇੱਥੇ ਆਪਾਂ ਜਦੋਂ ਕਨਫਰਮ ਕਰਤਾ ਸੀ ਕਿ ਵੀ ਵੈਸੇ ਆ ਜੀ ਜਿਹੜਾ ਜਰਨੈਲ ਹੁੰਦਾ ਨਾ ਜੀ, ਜਰਨੈਲ ਦਾ ਜ਼ਰੂਰੀ ਨਹੀਂ ਕਿ ਉਹ ਗੋਲੀ ਮਾਰ ਕੇ ਦੁਸ਼ਮਣ ਨੂੰ ਮਾਰੇ ਤੇ ਫੇਰ ਜਿੱਤ ਹੋਈ ਆ। ਜਰਨੈਲ ਆਪਣੀ ਕੁਰਬਾਨੀ ਦੇ ਕੇ ਵੀ ਆਪਣੇ ਮੁਲਕ ਨੂੰ ਜਿਹੜਾ ਜੀ ਉਹਦੀ ਸ਼ਾਨ ਦੇ ਵਿੱਚ ਵਾਧਾ ਕਰ ਸਕਦਾ। ਸੋ ਆਪ ਇਲੈਕਸ਼ਨ 1622 ਵੋਟਾਂ ਦੇ ਭਾਵੇਂ ਬੀਬੀ ਜੀ ਹਾਰ ਗਏ ਨੇ, ਪਰ ਬੜੀ ਸ਼ਾਨਾਮਤੀ ਉਹਨਾਂ ਨੇ ਆਪਣੀ ਦੁਸ਼ਮਣ ਨੂੰ ਜਿਹੜੀ ਭਾਂਜ ਦਿੱਤੀ ਆ। ਮੈਂ ਕਹਾਂਗਾ ਜੀ ਦੁਸ਼ਮਣ ਨੂੰ ਜਿਹੜਾ ਜਾਣੀ ਕਿ ਅਸਮਾਨ ਦੀ ਬਜਾਏ ਜ਼ਮੀਨ ਵੱਲ ਕੰਪੀਟੀਸ਼ਨ ਬਹੁਤ ਵਧੀਆ ਦਿੱਤਾ। ਸ਼ਾਨਾਮਤੀ ਜਿੱਤ ਪਾਰਟੀ ਦੀ ਜਿਹੜੇ ਉਹਨਾਂ ਨੇ ਕਰਵਾ ਲਈ ਆ ਤੀਸਰੀ ਵਾਰ। ਤੇ ਕਿੱਡੀ ਇਹ ਜਾਣੀ ਕਿ ਕਹਿ ਲਓ ਵੀ ਜੀਣ ਮਰਨ ਦਾ ਉੱਥੇ ਸਵਾਲ ਬਣਿਆ ਹੋਇਆ ਸੀ COVID-19 ਦੇ ਦੌਰਾਨ ਵੀ। ਸੋ ਉਹਨਾਂ ਦੀ ਹਾਰ ਨੂੰ ਅਸੀਂ ਹਾਰ ਨਹੀਂ ਸਮਝਦੇ ਜੀ, ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ। ਚੀਫ ਮਿਨਿਸਟਰ ਹੋਪਫੁਲੀ ਉਹ ਬਣੇ ਰਹਿਣਗੇ, ਇਲੈਕਸ਼ਨ ਕੋਈ ਨਾ ਕੋਈ ਰਸਤਾ ਉਹ ਨਿਕਲ ਆਏਗਾ ਵੀ ਉਹ ਕੋਈ ਨਾ ਕੋਈ ਪਾਰਟੀ ਦੇ ਵਿੱਚੋਂ ਬੜੇ ਹੱਲ ਨਿਕਲ ਆਉਂਦੇ ਹੁੰਦੇ ਆ, ਪਰ 6 ਮਹੀਨੇ ਬਿਨਾਂ ਜਿੱਤਿਆਂ ਵੀ ਵਿਅਕਤੀ ਜਿਹੜਾ ਜੀ ਉੱਥੇ ਚੀਫ ਮਿਨਿਸਟਰ ਰਹਿ ਸਕਦੇ ਨੇ। ਸੋ ਇਸ ਕਰਕੇ ਉਹ ਇਲੈਕਸ਼ਨ ਭਾਵੇਂ ਆਪਣੀ ਹਾਰੇ ਨੇ, ਉਹਨਾਂ ਨੇ ਹਾਰ ਆਪਣੀ ਕਨਸੀਡ ਵੀ ਕਰ ਲਈ ਹੈ, ਮੰਨ ਵੀ ਲਈ ਹੈ ਵੀ ਠੀਕ ਹੈ 1622 ਵੋਟਾਂ ਤੇ। ਪਰ ਇੱਥੋਂ ਤੱਕ ਕਿ ਕਨਫਿਊਜ਼ਨ ਬਹੁਤ ਸੀ, ਪਹਿਲਾਂ ਉਹਨਾਂ ਦੀ ਜਿੱਤ ਦੀ ਖਬਰ ਜਿਹੜੀ ਕਨਫਰਮ ਕਰ ਦਿੱਤੀ ਗਈ ਸੀਗੀ, ਪਰ ਅਸੀਂ ਥੋੜਾ ਜਿਹਾ ਤਿਰਛੀ ਨਜ਼ਰ ਦੇ ਨਾਲ ਜਦੋਂ ਵਾਚ ਕੀਤਾ 30 ਮਿੰਟ ਹੋਰ ਤੇ ਫਿਰ ਉਹਨਾਂ ਦੀ ਜਿਹੜੀ ਹਾਰ ਹੈ ਜੀ ਉਹ ਕਨਫਰਮ ਹੋਈ ਸੀ ਜੀ। 90581320 ਨੈਕਸਟ ਕਾਲ ਆਉਂਦੀ ਹੈ। ਉਹ ਲਾਈਨ ਕੱਟੇਗੀ, ਚਲੋ ਕੋਈ ਗੱਲ ਨਹੀਂ ਜੀ। 90581320 ਜੋਲ ਸਾਹਿਬ ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ। ਕਾਫੀ ਵੱਡੀ ਤਾਦਾਦ ਦੇ ਵਿੱਚ ਕਾਫੀ ਖੁਸ਼ਖਬਰੀ ਅੱਜ ਮੈਂ ਵੀ ਲਾਈਨ ਦੇ ਵਿੱਚ ਸ਼ਾਮਲ ਹੋ ਰਿਹਾ ਜੀ ਕਿ 18 ਸਾਲ ਤੋਂ ਪਲੱਸ ਹੁਣ ਵੈਕਸੀਨੇਸ਼ਨਸ ਲੱਗ ਰਹੇ ਨੇ। ਮੇਰਾ ਅੱਜ ਤਕਰੀਬਨ ਸ਼ੋਅ ਤੋਂ ਰਾਈਟ ਵੇ ਅੱਧੇ ਘੰਟੇ ਬਾਅਦ ਯੂਨੀਵਰਸਿਟੀ ਆਫ ਟੋਰਾਂਟੋ ਮਿਸੀਸਾਗਾ ਦੇ ਵਿੱਚ ਲੱਗ ਰਹੀ ਹੈ ਵੈਕਸੀਨ। ਸੋ ਆਮ ਵੈਰੀ ਐਕਸਾਈਟਿਡ ਫॉर दैट। ਸੋ दैट ਮੀਨਸ ਹਾਫ ਆਫ ਦ ਵਰਲਡ ਨਾਓ ਵਿਲ ਡੈਫੀਨਿਟਲੀ ਗੈਟ ਵੈਕਸੀਨੇਟਿਡ। ਗੁੱਡ ਲੱਕ ਫॉर ਦਿਸ ਆਫਟਰਨੂਨ, ਕਿਉਂਕਿ ਤੁਹਾਡੇ ਡੈਡ ਨੇ ਤਾਂ ਲੱਗ ਗਈ ਜੀ, ਬਸ ਅਗਲੇ ਦਿਨ ਅੱਜ ਜਿੱਦਾਂ ਲੱਗਣੀ ਹੈ ਤੇ ਕੱਲ ਨੂੰ ਥੋੜਾ ਜਿਹਾ ਮੋਢਾ ਡੋਲਾ ਸਖਤ ਭਾਰਾ ਹੋਣ ਬਾਰੇ ਵੀ ਤਿਆਰ ਰਹਿਣਾ। ਨਾ ਡਰਾਓ ਜਾਲਸੋ, ਅੱਗੇ ਡਰੇ ਪਏ ਨਥਿੰਗ ਬੈਡ ਇਨ ਦੈਟ, ਕਿਉਂਕਿ ਅੱਜ ਦਾ ਸ਼ਾਟ ਆ ਨਾ ਜਿਹੜਾ ਉਹ ਤੁਹਾਨੂੰ ਕੱਲ ਨੂੰ ਥੋੜਾ ਜਿਹਾ ਚੁੱਭੇਗਾ। ਬਿਲਕੁਲ ਬਿਲਕੁਲ ਜਾਲਸਾ। ਸੋ ਥੈਂਕ ਯੂ ਸੋ ਮਚ। ਐਂਡ 18 ਪਲੱਸ ਨਾਓ ਦ ਯੰਗਸਟਰਸ ਨਾਓ ਕੈਨ ਗੈਟ ਵੈਕਸੀਨੇਟਿਡ। ਸੋ ਪਲੀਜ਼ ਦਰਖਾਸਤ ਹੈ ਬੱਚਿਆਂ ਨੂੰ, ਇਫ ਦੇ 18 ਪਲੱਸ ਜ਼ਰੂਰ get vaccinated because I am definitely getting vaccinated. So mere dekh kharbooja nu dekh kharbooja rang fadda hai, so mere mainu dekh lo ji, if I am getting it that means everybody should get it. Yes, aur dusra ye thoda ja si kyunki eh hotspot di galla jada 18 plus hai, kyunki jada pura eh May de vich har ik nu mauka mil jana 24 May tak aunde aunde te sare Ontario de vich jede 18 plus honge pi oh उन्होंने अपॉर्चुनिटी मिलेगी, फेयर अपॉर्चुनिटी मिलेगी हर एक नूं। बाकी आपो अपनी समझ है, कईयां दी अपनी समझ बहुत वधी है, बिल्कुल गल नहीं, चलो उन्होंने भी मुबारक। पर जिहड़े चाहणगे, जिहड़ियां चाहणगियां ਉਹ 18 ਪਲੱਸ 24 ਮਈ ਤੋਂ ਬਾਅਦ ਸਾਡੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਸਾਰੇ, ਪਰ ਹੁਣ ਜਿਹੜੇ ਹੌਟ ਸਪੌਟ ਦੇ ਵਿੱਚ ਮੰਡੇ ਤੋਂ ਕੱਲ ਤੋਂ ਅਪਾਇੰਟਮੈਂਟ ਸਕੇਜੂਲ ਹੋਣੀ ਸ਼ੁਰੂ ਹੋ ਜਾਣੀਆਂ। ਇਹਦੇ ਵਿੱਚ ਖਾਸ ਜ਼ਰੂਰੀ ਗੱਲ ਇਹ ਆ ਵੀ ਜਿਹੜੇ ਸਾਡੇ ਟਰੱਕ ਡਰਾਈਵਰ ਆ, ਹਾਂਜੀ, ਵੀ ਉਹਨਾਂ ਲਈ ਥੋੜਾ ਜਿਹਾ ਸੀਗਾ ਵੀ ਇਹ ਅਮਰੀਕਾ ਦੇ ਵਿੱਚ ਹੁਣ ਵੈਕਸੀਨੇਸ਼ਨ ਹੁੰਦਾ ਜਾ ਰਿਹਾ। ਨਿਊਯਾਰਕ ਵਾਲਿਆਂ ਨੇ ਅਨਾਉਂਸ ਕਰਤਾ ਵੀ ਅਸੀਂ ਖੋਲਾਂਗੇ ਹੁਣ ਬਿਜ਼ਨਸ ਐਜ਼ ਯੂਜ਼ੁਅਲ, ਸ਼ਾਇਦ 1 ਜੁਲਾਈ ਤੋਂ ਹੋ ਜਾਏ। ਉਹ ਫਿਰ ਲੱਗ ਰਿਹਾ ਸੀਗਾ ਵੀ ਜਿਹੜੇ ਟਰੱਕ ਡਰਾਈਵਰ ਕ੍ਰੋਸ ਕਰਦੇ ਆ, ਅਮਰੀਕਾ ਜਾਂਦੇ ਆ ਡੇਲੀ ਬੇਸਿਸ ਤੇ ਆਪਣੇ ਪ੍ਰੋਫੈਸ਼ਨਲ ਕਹਿ ਲਓ ਵੀ ਅਸੈਂਸ਼ੀਅਲ ਡਿਊਟੀਜ਼ ਤੇ, ਉਹਨਾਂ ਨੂੰ ਸ਼ਾਇਦ ਕ੍ਰੋਸ ਨਾ ਕਰਨ ਦਿੱਤਾ ਜਾਵੇ ਜੇ ਉਹ ਵੈਕਸੀਨੇਟ ਨਾ ਹੋਏ ਹੋਏ, ਹੈ ਨਾ। ਇਸ ਕਰਕੇ ਕਾਫੀ ਇਹਦੇ ਬਾਰੇ ਜਿਹੜਾ ਭੈਣ ਭਰਾ ਪੁੱਛ ਵੀ ਰਹੇ ਸੀ, ਸੋ ਹੁਣ ਉਹ ਵੇਲਾ ਆ ਗਿਆ ਜੀ। ਕੱਲ ਤੋਂ ਆਪਣੀ ਉਹ ਜਿਹੜੀ ਅਪਾਇੰਟਮੈਂਟ ਆ ਬ੍ਰੈਂਪਟਨ ਵਾਸੀ, ਪੀਲ ਵਾਸੀ, ਟੋਰਾਂਟੋ ਵਾਸੀ ਜਿਹੜੇ ਲੋਕ ਨੇ, ਹੌਟ ਸਪੌਟਸ ਨੇ ਖਾਸ ਤੌਰ ਤੇ ਪੀਜੀ ਤੇ ਸਭ ਤੋਂ ਜ਼ਿਆਦਾ ਕਹਿ ਲਓ ਵੀ ਬੁਰਾ ਹਾਲ ਕੀਤਾ ਹੋਇਆ ਹੈ ਕੋਵਿਡ ਨੇ, ਉਹ ਫਿਰ ਕੱਲ ਤੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪਣੀ ਅਪਾਇੰਟਮੈਂਟ ਸਕੈਜੂਲ ਕਰ ਸਕਦੇ ਨੇ 18+ ਸਾਰੇ ਲੋਕ। ਤੇ ਚਾਂਸ ਹੋਏਗਾ ਕਿ ਉਹਨੂੰ ਜਿਹੜੀ ਆ ਕੋਵਿਡ ਵੈਕਸੀਨ ਜਿਹੜੀ ਫਾਈਜ਼ਰ ਦੀ ਆ ਉਹੀ ਲੱਗੇਗੀ, ਕਿਉਂਕਿ ਹੁਣ ਆਸਟਰਾਜ਼ੈਨੇਕਾ ਦੀ ਗੱਲ ਘੱਟ ਗਈ ਹੈ, ਸਪਲਾਈ ਉਹਨਾਂ ਦੀ ਲਗਭਗ ਹੈ ਨਹੀਂ ਹੈ, ਤੇ ਫਾਈਜ਼ਰ ਦੀ ਸਪਲਾਈ ਜਿਹੜੀ ਉਹ ਡਬਲ ਹੋ ਚੁੱਕੀ ਹੈ। ਸੋ ਇਸ ਕਰਕੇ ਚਾਂਸਦਾਰ ਕਿ ਵੈਰੀ ਗੁੱਡ, ਵੈਰੀ ਗੁੱਡ ਕਿ ਕੱਲ ਅਰਸ਼ ਤੁਹਾਨੂੰ ਵੀ ਉਹੀ ਮਿਲਣੀ ਆ ਫਾਈਜ਼ਰ। ਤੇ ਫਾਈਜ਼ਰ ਤੇ ਮਨ ਟਿਕਿਆ ਹੋਇਆ ਵੈਸੇ ਤੇ। ਹੁਣ ਹੈਲਥ ਕੈਨੇਡਾ ਨੇ ਪਰਸੋਂ ਵੀ ਅਜੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਜਿਹੜੀਆਂ ਵੈਕਸੀਨ ਅਪਰੂਵ ਕੀਤੀਆਂ ਹੈਲਥ ਕੈਨੇਡਾ ਨੇ ਸਾਰੀਆਂ ਸੇਫ ਨੇ, ਸਾਰੀਆਂ ਇਫੈਕਟਿਵ ਨੇ। ਇਸੇ ਕਰਕੇ ਜਿਹੜੀ ਕਿ ਕਹਿ ਲਓ ਵੀ ਪਹਿਲੀ ਕਤਾਰ ਦੀ ਦੇਸ਼ ਦੀ ਸਾਡੀ ਲੀਡਰਸ਼ਿਪ ਆ, ਭਾਵੇਂ ਕਿਸੇ ਵੀ ਲੈਵਲ ਦੀ ਗਵਰਨਮੈਂਟ 'ਚ ਹੋਣ, ਉਹਨੇ ਖੁਦ ਆਸਟਰਾਜ਼ੈਨੇਕਾ ਲਵਾਈ ਤਾਂ ਕਿ ਲੋਕ ਉਸ ਤੇ ਭਰੋਸਾ ਕਰ ਸਕਣ। ਪਰ ਹੁਣ ਆਸਟਰਾਜ਼ੈਨੇਕਾ ਦੀ ਵੈਸੇ ਹੀ ਸਪਲਾਈ ਘਟ ਗਈ ਆ, ਆਪੋ ਆਪਣੇ ਰੀਜ਼ਨ ਦਾ ਵੀ ਲੋਕਾਂ ਨੇ ਕਿਉਂ ਨਹੀਂ ਉਹ ਲਵਾਉਣੀ ਚਾਹੀ ਵੱਡੀ ਤਾਦਾਦ ਦੇ ਵਿੱਚ। ਤੇ ਲੇਕਿਨ ਕਿ ਹੁਣ ਜਿਹੜੀ ਫਾਈਜ਼ਰ ਆ ਉਹ ਚਾਂਸਸ ਆਰ ਵੈਰੀ ਗੁੱਡ ਕਿ ਉਹੀ ਮਿਲੇਗੀ। ਤੇ ਕੱਲ ਤੋਂ 18+ ਬ੍ਰੈਂਪਟਨ ਵਾਸੀ, ਮਿਸਿਸਾਗਾ ਵਾਸੀ, ਕੈਲੇਡਨ ਵਾਸੀ, ਟੋਰਾਂਟੋ ਵਾਸੀ ਆਪਣੀ ਅਪਾਇੰਟਮੈਂਟ ਜਿਹੜੀ ਸਕੇਜੂਲ ਕਰ ਸਕਦੇ ਆ। ਆਲਰਾਈਟ, ਨੈਕਸਟ ਕਾਲ ਔਨ ਦੀ ਏਅਰ ਲੈਂਦੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮਾਤਾ ਜੀ, ਮਾਤਾ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਦੀ ਏਅਰ ਹੋ। ਹੈਲੋ, ਓਕੇ, ਹਾਂਜੀ ਤੁਸੀਂ ਆਨ ਦੀ ਏਅਰ ਹੋ ਜੀ। ਰੇਡੀਓ ਦੀ ਪਲੀਜ਼ ਬੇਨਤੀ ਹੈ ਵਿੱਚੋਂ ਵੋਲਿਊਮ ਘੱਟ ਕਰ ਲਓ ਜੀ। ਤੁਹਾਡਾ ਸਵਾਲ ਮਾਤਾ ਜੀ, ਤੁਸੀਂ ਆਨ ਦੀ ਏਅਰ ਹੋ। ਓਕੇ, ਹਾਂਜੀ ਤੁਸੀਂ ਕੀ ਸਵਾਲ ਪੁੱਛੋ ਜੀ। ਚਲੋ ਜੀ, ਕੋਈ ਗੱਲ ਨਹੀਂ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੋਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਜੀ। ਇੰਨੇ ਗ੍ਰੰਥ, ਇੰਨੇ ਅਖਬਾਰਾਂ, ਰੇਡੀਓ, ਟੈਲੀਵਿਜ਼ਨ ਤੇ ਲੋਕ ਦੇਖਦੇ ਸੁਣਦੇ ਫਿਰ ਵੀ ਉੱਤੇ ਅਸਰ ਨਹੀਂ ਕਰਦੇ। ਉਹ ਕਬੀਰ ਸਾਹਿਬ ਦੇ ਸ਼ਲੋਕ ਵਾਲੀ ਗੱਲ ਹੈ ਜੀ, ਹੱਥ ਵਿੱਚ ਦੀਵਾ ਹੈ ਫਿਰ ਵੀ ਖੂਹ ਚ ਡਿੱਗੇ ਤਾਂ ਕੀ ਕਰੇ। ਬਹੁਤ ਪ੍ਰਚਾਰ ਹੋ ਰਿਹਾ ਕਿ ਟੀਕਾ ਲਵਾਓ, ਮੂੰਹ ਬੰਨੋ, ਆਪਣੇ ਮਾਸਕ ਪਾਓ। ਅਸੀਂ ਤਾਂ ਆਪ ਖੁਦ ਟੀਕਾ ਲਵਾ ਕੇ ਆਏ ਜੀ, ਕੋਈ ਸਾਈਡ ਇਫੈਕਟ ਨਹੀਂ, ਕੋਈ ਕੁਛ ਨਹੀਂ, ਕੋਈ ਬੁਖਾਰ ਨਹੀਂ ਆ ਗਿਆ। ਪਰ ਉਹ ਗੋਲੀ ਖਾ ਲਈ ਸੀ ਬੁਖਾਰ ਵਾਲੀ, ਠੀਕ ਹੈ ਜੀ, ਬਾਂਹ ਮੜੀ ਦਰਦ ਹੋਈ, ਕੋਈ ਨੋਰਮਲ ਜੀ ਸੀ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਟੀਕਾ ਲਵਾਓ ਭਾਈ, ਆਪ ਬਚੋ ਤੇ ਲੋਕ ਜਾਨਾਂ ਬਾਕੀਆਂ ਨੇ ਵੀ ਬਚਾਵੋ ਜੀ, ਦੇਸ਼ ਤਾਂ ਹੀ ਬਚੇਗਾ ਜੀ। ਜੋਲ ਸਾਹਿਬ ਜੀ ਦੁਬਾਰਾ ਫਿਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਧੰਨਵਾਦ। ਦੇਸ਼ ਬਚੇਗਾ ਹੁਣ ਤੇ ਧਰਤੀ ਬਚਣ ਹੁੰਦਾ ਜਿਹੜਾ ਜੀ। ਤੁਹਾਨੂੰ ਦੇਖ ਲਓ ਵੀ ਇਹ 200 ਜੇ ਦੇਸ਼ ਆ ਤੇ 100-125 ਦੇਸ਼ ਇਹੋ ਜਿਹੇ ਆ ਜਿੱਥੇ ਅਜੇ ਵੀ ਕੋਰੋਨਾ ਵਾਇਰਸ ਕਰਕੇ ਡੇਲੀ ਬੇਸਿਸ ਤੇ ਡੈਥ ਹੋ ਰਹੀਆਂ, ਬਿਲਕੁਲ ਡੇਲੀ ਬੇਸਿਸ ਤੇ, ਹਾਂਜੀ। ਸੋ ਇਹ ਜਿੱਥੇ ਵੈਕਸੀਨੇਸ਼ਨ ਪ੍ਰੋਸੈਸ ਆ ਜਿਹੜਾ ਜੀ ਪੀ ਆ ਅਮਰੀਕਾ, ਉਹਨਾਂ ਨੂੰ ਤੁਸੀਂ ਦੇਖੋ ਵੀ ਮੌਤ ਦਾ ਤਾਂਡਵ 5-5 ਹਜ਼ਾਰ ਡੈਥਸ ਡੇਲੀ ਉੱਥੇ ਅਮਰੀਕਾ 'ਚ ਹੁੰਦੀਆਂ ਰਹੀਆਂ ਜੀ। ਅੱਜ ਲੇਕਿਨ ਕਿ ਕਾਫੀ ਥੱਲੇ ਉਹ ਡੈਥ ਰੇਟ ਹੋਣ ਲੱਗੇ ਨੇ। ਤੇ ਸਾਡੇ ਜਿਹੜੇ ਜਿੰਨੇ ਵੀ ਇਹ ਰਿਟਾਇਰਮੈਂਟ ਹੋਮ ਨੇ, ਲੌਂਗ ਟਰਮ ਕੇਅਰ ਸੈਂਟਰ ਨੇ, ਉੱਥੇ ਪਹਿਲ ਦੇ ਤੌਰ ਤੇ ਵੈਕਸੀਨੇਟ ਕੀਤਾ ਗਿਆ ਤੇ ਅਸਰ ਦੇਖੋ ਵੀ ਉੱਥੋਂ ਹੁਣ ਕੇਸਿਸ ਹੀ ਨਹੀਂ ਆ ਰਹੇ। ਸੋ ਇਸ ਕਰਕੇ ਇਹ ਵੈਕਸੀਨ ਆ ਜਿਹੜੀ ਜੀ ਵੀ ਅਸਰਦਾਰ ਆ, ਇਹਨੂੰ ਮੰਨਿਆ ਜਾਵੇ। ਦੁਨੀਆ ਭਰ ਦੇ ਵਿੱਚ ਕਾਫੀ ਇਸ ਦਾ ਜਿਹੜੇ ਜੀ ਵੀ ਇਸ ਤੇ ਹੁਣ ਜਿਹੜੀ ਉਹ ਕਹਿ ਲਓ ਵੀ ਹੋਪ ਆ, ਹੁਣ ਆਪਾਂ ਜਿੰਨੀ ਛੇਤੀ ਲਵਾ ਕੇ ਇਹਦੇ ਚੋਂ ਬਾਹਰ ਆਉਣਾ ਚਾਹਾਂਗੇ ਆ ਸਕਦੇ ਹਾਂ। ਹੁਣ ਸਿਰਫ ਤੇ ਸਿਰਫ ਸਹਿਯੋਗ ਕਰਕੇ ਇੱਕ ਦੂਜੇ ਦੇ ਨਾਲ ਇਹ ਵੈਕਸੀਨ ਦੇ ਵਿੱਚ ਭਰੋਸਾ ਕਰਕੇ ਇਹਨੂੰ ਲਵਾ ਲੈਣਾ ਚਾਹੀਦਾ। ਸ਼ੁਰੂਆਤ ਹੋਈ ਸੀ ਇੱਕ ਭੰਗ ਦੀ ਦੁਕਾਨ ਤੋਂ ਤੇ ਹੁਣ ਹੋ ਗਈਆਂ ਨੇ 40 ਤੇ ਪਹਿਲਾਂ ਕਾਲ ਲੈ ਲੈਣੇ, ਫਿਰ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਹੈਲੋ जी, प्लीज रिक्वेस्ट है जी, बेनती है जी, कॉलर्स प्लीज प्लीज मैं बेनती करना चाहता हूँ जी, कॉल कर दो तो रेडियो दी वॉल्यूम पिछो कट कर लो जी। हाँ जी, महीना हो गया लगे टीका पर मैंने कोई बुखार नहीं, कोई कुछ नहीं, ऐसा लगे जैसे माड़ा जैसे सूई चुभी होंगी, कुछ नहीं पता लगे जी। थैंक यू, इतना चंगा है कि कोई सारे लोग ताकि सारे तंदुरुस्त रहन, किसी भी बीमारी ना लगे। जी थैंक यू मिसेस गोस्वामी, थैंक यू सो मच। आंटी जी अर्श अपने बुजुर्ग ने, हां जी, पर जी ਤੁਸੀਂ ਕਿਤੇ ਇਹਨਾਂ ਨੂੰ ਦੇਖੋ ਨਾ, ਮਿਲੋ ਤੇ ਐਨ ਕੁੜੀਆਂ ਵਰਗਾ। हां जी हां जी बिल्कुल बिल्कुल, she drives around। ਜਿੰਨਾ ਇਹਨਾਂ ਚ ਜੋਸ਼ ਹੈ, ਜਿੰਨਾ ਇਹਨਾਂ ਚ ਮੋਟੀਵੇਸ਼ਨ ਹੈ, ਸੋ ਕਮਾਲ ਦੇ ਸਾਡੇ ਆਂਟੀ। ਥੈਂਕ ਯੂ ਮਿਸਿਸ ਗੋਸਵਾਮੀ, ਥੈਂਕ ਯੂ। ਕੋਈ ਨਹੀਂ ਬੇਟਾ, ਇੰਨਾ ਨਾ ਚੱਕੋ, ਠੀਕ ਹੈ ਠੀਕ ਹੈ। ਥੈਂਕ ਯੂ ਮਿਸਿਸ ਗੋਸਵਾਮੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। थैंक यू सो मच जी। नेक्स्ट कॉल ऑन द एयर जी। हेलो हेलो, सत श्री अकाल जी। नो इंग्लिश नहीं, हाले नहीं जी, नो इंग्लिश हाले टाइम ही नहीं होया। हाले व्हाट टाइम स्टार्ट, व्हाट टाइम स्टार्ट? ਤੁਸੀਂ ਤਾਂ ਮੇਰੇ ਨਾਲ ਇੰਗਲਿਸ਼ ਹੀ ਗੱਲ ਕਰੇ, ਪੰਜਾਬੀ ਚ ਮੇਰੇ ਨਾਲ ਗੱਲ ਕਰ ਲਓ। ਕਿਹੜੇ ਟਾਈਮ ਸਟਾਰਟ ਹੋ? ਹਾਂ ਇਦਾਂ ਬੋਲੋ ਨਾ, 2:10 ਤੇ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਜੋਲ ਸਾਹਿਬ ਸਾਰੇ ਵੇਟ ਕਰਦੇ ਨੇ ਕਿ 1 ਮਿੰਟ नो ਇੰਗਲਿਸ਼ ਖੇਡਿਆ ਜਾਵੇ। ਯਾਰ ਇਹ ਪੰਜਾਬੀ ਬੋਲੀ ਨਾਲ ਪਿਆਰ ਹੈ ਕਿ ਪੀਜ਼ੇ ਨਾਲ, ਇਹ ਰੱਬ ਜਾਣੇ, ਇਹ ਰੱਬ ਹੀ ਜਾਣਦਾ, ਬਾਈ ਗੋਡ ਰੱਬ ਜਾਣਦਾ ਕਿ ਕੀ ਇਹ ਪੀਜ਼ੇ ਦਾ ਆ ਕਿ ਕੀ ਇਹ ਸੱਚੀ ਖੇਡਣਾ ਚਾਹੁੰਦੇ ਨੇ। ਪਰ ਚਲੋ ਐਨੀਵੇਜ਼, ਆਪਾਂ ਗੱਲ ਕਰ ਰਹੇ ਸਨ, ਪਹਿਲੇ ਇੱਕ ਤੋਂ ਸ਼ੁਰੂ ਹੋਇਆ ਤੇ ਹੁਣ 40 ਵੀਡ ਭੰਗ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ ਬਰੈਂਪਟਨ ਦੇ ਵਿੱਚ। ਬਿਲਕੁਲ ਜੀ। ਸੋ ਪੰਜਾਬੀ ਤੇ ਪੰਜਾਬਣਾ ਜਿਹੜੇ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਜੀ ਪੰਜਾਬੀ ਬੋਲੀ ਨੂੰ ਪਿਆਰ ਕਰਕੇ ਸ਼ਾਮਲ ਹੁੰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਹਨਾਂ ਦੇ ਗਲ 'ਚ ਫੁੱਲਾਂ ਦਾ ਹਾਰ ਪਾਉਣ ਨੂੰ ਤਿਆਰ ਹਾਂ। ਚਲੋ ਪੀਜ਼ੇ ਕਰਕੇ ਵੀ ਜੇ ਆਉਂਦੇ ਹੋਣਗੇ ਕੁਝ ਭੈਣ ਭਰਾ, ਤੇ ਉਹਨਾਂ ਦਾ ਵੀ ਸਤਿਕਾਰ ਹੈ। ਇਸੇ ਬਹਾਨੇ ਪੰਜਾਬੀ ਨਾਲ ਜੁੜਨ ਦਾ ਬਿਲਕੁਲ, ਇਹਨੂੰ ਵੀ ਆਪਾਂ ਪੋਜ਼ਿਟਿਵਲੀ ਲੈ ਸਕਦੇ ਹਾਂ ਜੀ। ਪਰ ਮੈਂ ਸਾਰੀ ਦੁਨੀਆ ਦੇ ਵਿੱਚ ਜਾ ਕੇ ਹੋਰ ਕਿਸੇ ਕੌਮ ਦੇ ਵਿੱਚ ਇਹ ਗੱਲ ਨਹੀਂ ਦੇਖੀ ਵੀ ਉਸ ਬੋਲੀ ਬੋਲਣ ਵਾਲੇ ਲੋਕਾਂ ਨੂੰ ਇਹ ਕਹਿਣਾ ਪੈਂਦਾ ਵੀ ਆਪਣੀ ਮਾਂ ਬੋਲੀ 1 ਮਿੰਟ ਸ਼ੁੱਧ ਬੋਲ ਕੇ ਸੁਣਾ। ਮੈਂ ਨਹੀਂ ਇਹ ਗੱਲ ਦੁਨੀਆ 'ਚ ਹੋਰ ਕਿਤੇ ਸੁਣੀ, ਤੇ ਕਿਸੇ ਭੈਣ ਭਰਾ ਨੇ ਕਦੀ ਸੁਣੀ ਆ ਤੇ ਮੈਨੂੰ ਦੱਸਿਆ ਜਾਵੇ ਜੀ। ਅਸੀਂ ਕਹਿੰਦੇ ਆ ਨਾ ਵੀ ਅਸੀਂ ਰਖਵਾਲੇ ਬਹੁਤ ਵੱਡੇ ਆ, ਪੰਜਾਬੀ ਬੋਲੀ ਦੇ ਵੀ ਕਮਾਲ ਹੀ ਕੀਤੀ ਪਈ ਆ, ਤੇ ਕਿਤੇ ਸੁਣੀ ਆ ਨਾ ਹੋਰ ਕਿਸੇ ਨੂੰ ਕਹਿਣਾ ਪੈਂਦਾ ਹੋਵੇ ਕਿਸੇ ਬੋਲੀ ਵਾਲੇ ਨੂੰ ਜਾਂ ਵਾਲੀ ਨੂੰ ਭਈ ਆਪਣੀ ਬੋਲੀ 1 ਮਿੰਟ ਸ਼ੁੱਧ ਬੋਲ ਕੇ ਸੁਣਾ। ਤੁਸੀਂ ਵੈਸੇ ਮੁਬਾਰਕ ਦੇ ਹੱਕਦਾਰ ਹੋ, ਤੇ ਅੰਜੂ ਸਿੱਕਾ ਜੀ ਵੀ, ਦਿਲਬਾਗ ਚਾਵਲਾ ਜੀ ਵੀ, ਰੰਗਲਾ ਪੰਜਾਬ ਨੇ ਇਸ ਸਿਲਸਿਲੇ 'ਚ ਪਹਿਲ ਲਈ ਜੀ। 40 ਦੁਕਾਨਾਂ ਦੀ ਗੱਲ, ਜਦੋਂ ਇਹ 30 ਤੇ ਸੀ, 32 ਤੇ ਸੀ, ਜਾਣੀ ਸਭ ਤੋਂ ਪਹਿਲਾਂ ਆਪਾਂ ਨੂੰ ਵੀ ਮੌਕਾ ਮਿਲਿਆ ਸੀ ਅਰਸ਼ੇ ਨਿਊਜ਼ ਬ੍ਰੇਕ ਕਰਨ ਦਾ। ਬਿਲਕੁਲ ਹਨਾ ਭਈ ਇਹ ਜਿਹੜੀਆਂ ਦੁਕਾਨਾਂ ਜਿਹੜੀਆਂ ਜੀ ਭਈ ਅਸੀਂ ਫਿਰ ਟਰਮ ਇਹ ਯੂਜ਼ ਕੀਤੀ ਸੀ ਭਈ ਬਰੈਂਪਟਨ ਭੰਗ ਦਾ ਅੱਡਾ ਬਹੁਤ ਜਲਦ ਬਣਨ ਜਾ ਰਿਹਾ। ਹਾਂ ਭੰਗ ਦਾ ਅੱਡਾ ਕਿੱਦਾਂ ਵੀ ਹੁਣ ਆ ਜੇ 8-9 ਲਿਕਰ ਸਟੋਰਾਂ ਦੇ ਨਾਲ ਬਰੈਂਪਟਨ ਦੀ ਪਾਪੂਲੇਸ਼ਨ ਬੜੀ ਵਧੀਆ ਸਰਵ ਹੋ ਰਹੀ ਆ, ਤੇ ਭੰਗ ਦੇ ਸਟੋਰ ਵੀ ਕਿਉਂ ਨਹੀਂ 8-9 ਦੇ ਨਾਲ ਬਰੈਂਪਟਨ ਦੀ ਉਹੀ ਪਾਪੂਲੇਸ਼ਨ ਸਰਵ ਹੋ ਸਕਦੀ ਵੀ ਜੇ ਮੰਗ ਡਿਮਾਂਡ ਬਹੁਤ ਵੀ ਹੋਵੇ, ਵੀ ਜੇ ਲੋੜ ਵੀ ਹੋਵੇ। ਆਪਟਨ ਕੀਤਾ ਜੀ ਅਸੀਂ ਮਾਰਕੀਟ ਤੇ, ਹਨਾ, ਕਿਉਂਕਿ ਬਾਕੀ ਸ਼ਹਿਰਾਂ ਨੇ ਤਾਂ ਕਿਹਾ ਵੀ ਛੱਡੋ ਖੜਾ, ਸਾਨੂੰ ਨਹੀਂ ਇਹਦੀ ਕਮਾਈ ਦੀ ਲੋੜ ਇਹੋ ਜੀ। ਇਹਨਾਂ ਨੇ ਲੇਕਿਨ ਕਿ ਬਰੈਂਪਟਨ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਸਾਰਿਆਂ ਨੇ ਮੈਜੋਰਟੀ ਦੇ ਵਿੱਚ ਨਹੀਂ ਜੀ ਵੀ ਸਾਨੂੰ ਇਹਦੀ ਲੋੜ ਆ ਫੰਡ ਦੀ, ਜਿਹੜਾ ਮਿਲਣਾ ਜਾਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਭੰਗ ਵੇਚ ਕੇ ਟੈਕਸ ਦੇ ਵਿੱਚੋਂ ਹਿੱਸਾ। ਅੱਛਾ, ਉਹ ਹਿੱਸੇ ਦੀ ਖਾਤਰ ਕਰ ਲਿਆ ਆਪਟਨ। ਇੰਨੀ ਦੂਰਦ੍ਰਿਸ਼ਟੀ ਨਹੀਂ ਸੀ ਕਿਸੇ ਵੀ ਕਾਉਂਸਲਰ ਦੀ ਜਾਂ ਮੇਅਰ ਦੀ ਇਨਕਲੂਡਿੰਗ ਵੀ ਅਸੀਂ ਅੱਜ ਆਪਟਨ ਕਰ ਰਹੇ ਹਾਂ, ਇਹਦੇ ਤੇ ਅਸੀਂ ਕੈਪ ਲਾਈਏ ਵੀ 8 ਤੋਂ ਵੱਧ ਦੁਕਾਨਾਂ ਨਹੀਂ ਹੋ ਸਕਦੀਆਂ, 10 ਤੋਂ ਵੱਧ ਨਹੀਂ ਹੋ ਸਕਦੀਆਂ, 6 ਤੋਂ ਵੱਧ ਨਹੀਂ ਹੋ ਸਕਦੀਆਂ। ਕੈਪ ਲਾਈ ਨਹੀਂ ਤੇ ਹੁਣ ਉਹ ਜਿਹੜੇ ਜਾਣੀ ਆਪਣਾ ਬਿਜ਼ਨਸ ਚਲਾਉਣਾ ਚਾਹੁੰਦੇ ਭੰਗ ਦੇ ਵਿੱਚ, ਜਾਣੀ ਕਿ ਉਹ ਦੇਈ ਜਾਂਦੇ ਉੱਥੇ ਐਪਲੀਕੇਸ਼ਨਾਂ ਆਪਣੇ ਬਣਾ ਕੇ ਪ੍ਰੋਜੈਕਟ ਜੀ ਵੀ ਅਸੀਂ ਖੋਲਣੀ ਹੈ। ਯੈਸ, ਆ ਪਿੱਛੇ 20 ਮਾਲਾ ਜਿਹੜਾ ਹਾਈਵੇ 410 ਤੇ ਤਾਂ ਬੋਵੇੜ ਤੇ, ਉੱਥੇ ਭੰਗ ਦੀ ਦੁਕਾਨ ਦੀ ਪਰਮਿਸ਼ਨ ਜਿਹੜੀ ਪਿਛਲੇ ਦਿਨ ਮਿਲ ਗਈ ਆ, ਉੱਥੇ ਖੁੱਲੇਗੀ ਹੁਣ ਤਾਂ। ਇਦਾਂ ਹੀ 12 ਲਾਇਸੈਂਸ ਹੁਣ ਤੱਕ AGCO ਨੇ ਦੇ ਦਿੱਤੇ ਆ, ਜਿਹੜਾ ਕਿ ਰੈਗੂਲੇਟਰ ਆ ਜਿਹਦੇ ਕੋਲ ਪਹਿਲਾਂ ਅਪਲਾਈ ਕਰਨਾ ਪੈਂਦਾ ਵੀ ਅਸੀਂ ਭੰਗ ਦਾ ਬਿਜ਼ਨਸ ਕਰਨਾ, ਤੇ ਪਈ ਕਿਉਂਕਿ ਉੱਥੇ ਬਰੈਂਪਟਨ ਨੇ ਹੁਣ ਪਹਿਲਾਂ ਲਿਖ ਕੇ ਦਿੱਤਾ ਹੋਇਆ ਜੀ ਹਾਂਜੀ ਇੱਥੇ ਖੋਲੋ ਤੇ ਉਹ AGCO ਦਾ ਕਸੂਰ ਨਹੀਂ ਕੱਢ ਸਕਦੇ, ਕਿਉਂਕਿ ਜਿਹੜਾ ਬੰਦਾ ਉੱਥੇ ਹੁਣ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰ ਦੋ, ਬਰੈਂਪਟਨ ਨੇ ਆਪਟ ਇਨ ਕੀਤਾ ਹੋਇਆ, ਤੇ ਉਹ AGCO ਨੇ ਤੇ ਲਾਇਸੈਂਸ ਦੇਣਾ ਹੀ ਦੇਣਾ ਜੀ। ਸੋ ਇਸ ਕਰਕੇ ਇਹ ਆਪਟ ਕਰਨ ਵਾਲੇ ਤੇ ਵਾਲੀਆਂ ਦੇ ਮੈਂ ਸਮਝਾਂਗਾ ਜੀ ਵੀ ਦੂਰਦ੍ਰਿਸ਼ਟੀ ਦੀ ਘਾਟ ਸੀ ਕਿ ਉਹਨਾਂ ਨੇ ਕੈਪ ਨਹੀਂ ਲਾਈ। ਪਹਿਲੀ ਗੱਲ ਤੇ ਆਪਟ ਕਰਨ ਦਾ ਹੀ ਮਤਲਬ ਕੋਈ ਨਹੀਂ ਸੀ, ਰਾਈਟ। ਚਲੋ ਦੂਸਰੇ ਪਾਸੇ ਜੇ ਅਸੀਂ ਇੰਨੇ ਹੀ ਡੈਮੋਕ੍ਰੇਟਿਕ ਆ ਤੇ ਫਿਰ ਪਾਪੂਲੇਸ਼ਨ ਦੇ ਲਿਹਾਜ਼ ਨਾਲ ਤੇ ਕੈਪ ਜ਼ਰੂਰ ਹੋਣੀ ਸੀ ਵੀ 5 ਦੁਕਾਨਾਂ ਸ਼ਹਿਰ ਦੇ ਵਿੱਚ ਚਾਹੀਦੀਆਂ ਨੇ, ਹਨਾ, ਬਹੁਤ ਨੇ, ਪਹੁੰਚ ਤਾਂ ਟੂ ਲੇਟ ਹਨਾ ਵੀ ਜਾਂ ਚਲੋ ਇੱਕ ਵਾਰਡ ਦੇ ਵਿੱਚ ਇੱਕ ਦੁਕਾਨ ਜ਼ਰੂਰੀ ਭੰਗ ਦੀ ਚਾਹੀਦੀ ਆ, ਤੇ ਵੱਧ ਤੋਂ ਵੱਧ 10 ਹੀ ਵਾਰਡ ਆ ਤੇ 10 ਦੁਕਾਨਾਂ ਕਾਫੀ ਸੀ ਜੀ। ਪਰ ਹੁਣ ਕਿਉਂਕਿ ਵੀ ਉਹ ਕੈਪ ਨਹੀਂ ਆਈ, ਇਸ ਕਰਕੇ 12 ਲਾਇਸੈਂਸ ਗ੍ਰਾਂਟ ਕੀਤੇ ਜਾ ਚੁੱਕੇ ਆ। ਅੱਛਾ, 28 ਐਪਲੀਕੇਸ਼ਨਸ ਜਿਹੜੀਆਂ ਉਹ ਪੈਂਡਿੰਗ ਆ। ਕੀ ਬਾਤ ਹੈ। ਸੋ ਤਦ ਕਰਕੇ ਜੀ ਵੀ ਬਹੁਤ ਨਿਕਟ ਭਵਿੱਖ ਦੇ ਵਿੱਚ, ਬੜਾ ਸਹੀ ਰੱਖਿਆ ਨਾਮ ਬਰੈਂਪਟਨ ਸਿਟੀ ਦਾ, ਫਲਾਵਰ ਸਿਟੀ ਹੈ ਜੀ। ਉਹ ਹੁਣ ਹੌਲੀ ਹੌਲੀ ਮੁਰਝਾਉਂਦੇ ਨਜ਼ਰ ਆਉਣਗੇ, ਕਿਉਂਕਿ 40 ਭੰਗ ਦੀਆਂ ਦੁਕਾਨਾਂ ਦੇ ਨਾਲ ਇਹ ਭੰਗ ਦਾ ਅੱਡਾ ਹੋਰ ਮੈਨੂੰ ਕੋਈ ਜਾਂ ਤੇ ਸ਼ਹਿਰ ਗਣਾ ਦਿਓ ਆਲ ਦੁਆਲ ਦੇ ਵਿੱਚ 40 ਦੁਕਾਨਾਂ ਕਿੱਥੇ ਆ, है जी। सो इस करके ਇਹ ਭੰਗ ਦੇ ਟ੍ਰੇਡ ਦਾ ਬਹੁਤ ਵੱਡਾ ਅੱਡਾ ਬ੍ਰੈਂਪਟਨ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। 40 ਦੁਕਾਨਾਂ ਔਰ ਇੱਥੇ ਗੱਲ ਰੁਕਣੀ ਨਹੀਂ ਜੀ, ਕਿਉਂਕਿ 4 ਹਫ਼ਤਿਆਂ ਦੇ ਵਿੱਚ 8 ਐਪਲੀਕੇਸ਼ਨਸ ਹੋਰ ਆ ਗਈਆਂ। ਬੱਲੇ ਬੱਲੇ, ਹਜੇ ਕੋਈ ਰੁਕਾਵਟ ਨਹੀਂ ਵੀ ਹੋਰ ਨਹੀਂ ਆਉਣਗੀਆਂ, ਠੀਕ ਆ। ਸੋ ਇਸ ਕਰਕੇ ਕੁਆਲਿਟੀ ਜੌਬਸ ਦੀ ਬੜੀ ਗੱਲ ਹੁੰਦੀ ਹੈ ਨਾ ਵੀ ਬ੍ਰੈਂਪਟਨ ਦੇ ਵਿੱਚ ਜੀ ਵੀ ਇਹ ਸਲੀਪਿੰਗ ਸਿਟੀ ਆ, ਅਸੀਂ ਇੱਥੇ ਜੌਬਸ ਲਿਆਵਾਂਗੇ ਰਾਈਟ। ਤੇ ਇਹ ਜੌਬਸ ਆ ਰਹੀਆਂ ਵੀ ਹੋਰ ਤੇ ਕਾਰੋਬਾਰ ਇੰਨੀ ਸਪੀਡ ਤੇ ਕੋਈ ਵੱਧ ਨਹੀਂ ਰਿਹਾ। ਭੰਗ ਦੀਆਂ ਦੁਕਾਨਾਂ 'ਚ ਜੇ 40 ਖੁੱਲਣਗੀਆਂ ਤੇ ਉਹਦੇ ਵਿੱਚ ਕੰਮ ਬ੍ਰੈਂਪਟਨ ਵਾਸੀਆਂ ਨੂੰ ਕਰਨ ਦਾ ਮੌਕਾ ਮਿਲੂਗਾ ਹੀ, ਜੌਬਸ ਹਨਾ, ਜੌਬਸ ਕ੍ਰੀਏਟ ਹੋਣਗੀਆਂ। ਸੋ ਇਹ ਕੁਆਲਿਟੀ ਜੌਬਸ ਆ ਰਹੀਆਂ ਵੀ ਭੰਗ ਦੀਆਂ ਦੁਕਾਨਾਂ ਸ਼ਾਇਦ ਬ੍ਰੈਂਪਟਨ ਵਾਸੀ ਕੰਮ ਕਰ ਸਕਣ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਦੇ ਵਿੱਚ ਆਪਣਾ ਨੰਬਰ ਪਲੀਜ਼ ਦੇਣਾ ਚਾਹੋਗੇ ਇੱਕ ਵਾਰੀ ਫਿਰ ਤੋਂ, ਬਿਕਾਜ਼ ਕਾਫੀ ਟੈਕਸਟ ਮੈਸੇਜ ਆ ਰਹੇ ਨੇ ਕਿ ਜੌਲ ਸਾਹਿਬ ਦਾ ਨੰਬਰ ਹੌਲੀ ਹੌਲੀ ਬੋਲਿਆ ਜਾਵੇ ਜੀ। ਹਾਂਜੀ, 416 895 3784 ਇਹ ਫੋਨ ਨੰਬਰ ਆਪਣੇ ਫੋਨ 'ਚ ਸੇਵ ਕਰਕੇ ਉੱਥੇ ਮੈਸੇਜ ਭੇਜ ਦੇਣਾ ਤੇ ਫਿਰ ਤੁਸੀਂ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਉਸ ਤੇ ਪਾਤਰ ਬਣ ਜਾਓਗੇ ਡੇਲੀ ਬੇਸਿਸ ਤੇ। ਜੀ ਜੌਹਲ ਸਾਹਿਬ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਇਹ ਸੰਸੀ ਸਤਪਾਲ ਸਿੰਘ ਜੌਹਲ ਸਾਡੇ ਟੀਮ ਦੇ ਮੈਂਬਰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।